today we are here again with Mortgage and Real Estate Advice with Omni Mortgage. I'm your host, your dost, Harkirat Singh Ahluwalia. ਹਮੇਸ਼ਾ ਦੀ ਤਰ੍ਹਾਂ ਅਸੀਂ ਇਸ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹਰ ਅਪਡੇਟ ਦੇ ਸਕੀਏ ਵੈਨ ਇਟ ਕਮਸ ਟੂ ਰੀਅਲ ਇਸਟੇਟ ਐਂਡ ਵੈਨ ਇਟ ਕਮਸ ਟੂ ਮੋਰਗੇਜ। ਨਿਊਯਾਰਕ ਦੀ ਜਦ ਗੱਲ ਕਰਦੇ ਹਾਂ ਤਾਂ ਇੱਥੇ ਕੀ ਕੁਝ ਨਵੀਂ ਸਰਗਰਮੀਆਂ ਹਨ, ਕਿਉਂਕਿ ਕਈ ਸਾਰੇ ਕੇਸਿਸ ਅਸੀਂ ਸੁਣੇ ਕੋਵਿਡ ਦੇ ਦੌਰਾਨ, ਔਰ ਹਾਲ ਫਿਲਹਾਲ ਦੇ ਵਿੱਚ ਇਸ ਮੂਮੈਂਟ ਦੇ ਉੱਤੇ ਕੀ ਕੁਝ ਹੋਰ ਨਵੀਂ ਸਿਚੁਏਸ਼ਨਸ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਉਹ ਵੀ ਜਾਣਾਂਗੇ। ਜੇਕਰ ਤੁਸੀਂ ਹਜੇ ਤੱਕ ਆਪਣਾ ਡ੍ਰੀਮ ਹਾਊਸ ਬਾਏ ਨਹੀਂ ਕੀਤਾ ਤਾਂ ਇਹ ਪ੍ਰੋਗਰਾਮ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਟੀਵੀ ਸੈੱਟ ਦੇ ਉੱਤੇ ਤੁਸੀਂ ਬਣੇ ਰਹੋ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ। ਪ੍ਰੋਗਰਾਮ ਨੂੰ ਚੇਂਜ ਨਾ ਕਰਿਓ, ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮਿਲਣਗੀਆਂ, ਕਿਉਂਕਿ ਕਈ ਸਾਰੀ ਨਵੀਂ ਅਪਡੇਟ ਜਿਹੜੀਆਂ ਉਹ ਆ ਰਹੀਆਂ ਹਨ ਕਿ ਜੇਕਰ ਤੁਸੀਂ ਟੈਨੈਂਟ ਹੋ ਤਾਂ ਤੁਹਾਡੇ ਲਈ ਕੀ ਫਾਇਦਾ, ਜੇਕਰ ਤੁਸੀਂ ਲੈਂਡਲੋਰਡ ਹੋ ਤੁਹਾਡੇ ਲਈ ਕੀ ਫਾਇਦਾ। ਦੋਵਾਂ ਲਈ ਅਸੀਂ ਇਸ ਮੰਚ ਦੇ ਉੱਤੇ ਸੋਲੂਸ਼ਨ ਲੈ ਕੇ ਆਉਂਦੇ ਹਾਂ। ਔਰ ਜੇਕਰ ਤੁਸੀਂ ਹਜੇ ਤੱਕ ਆਪਣਾ ਡ੍ਰੀਮ ਹਾਊਸ ਬਾਏ ਨਹੀਂ ਕੀਤਾ, ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪੇਪਰ ਨਹੀਂ ਹੈਗੇ ਔਰ ਮੈਂ ਬਾਏ ਨਹੀਂ ਕਰ ਸਕਦਾ, ਤਾਂ ਮੈਨੂੰ ਲੱਗਦਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਤੁਹਾਨੂੰ ਸਾਰੇ ਮੁਸ਼ਕਲਾਂ ਦਾ ਹੱਲ ਕਰਵਾ ਸਕਦਾ। ਸੋਲੂਸ਼ਨ ਇਜ਼ ਹੇਅਰ ਐਂਡ ਸੋਲੂਸ਼ਨ ਇਜ਼ ਆਲਵੇਜ਼ ਵੀ ਟੈਲ ਯੂ ਵਿਦ ਹੂਮ ਆਰ ਓਨ ਹਰਮਨ ਸਿੰਘ ਜੀ, ਦੀ CEO ਆਫ ਓਮਨੀ ਮੋਰਗੇਜ ਓਮਨੀ ਰਿਐਲਿਟੀ। ਲੈਟਸ ਗੋ ਟੂ ਹਿਮ। ਹੀ ਇਜ਼ ਨੋਟ ਅਵੇਲੇਬਲ ਟੂਡੇ ਔਨ ਸਕਾਈਪ, ਹੀ ਇਜ਼ ਵਰਕਿੰਗ ਫਰੋਮ ਹੋਮ ਐਂਡ ਹੀ ਇਜ਼ ਅਵੇਲੇਬਲ ਵਿਦ ਅਸ ਔਨ ਫੋਨ, ਐਂਡ ਆਈ ਵੈਲਕਮ ਹਰਮਨ ਸਿੰਘ ਜੀ ਵਿਦ ਅਸ। ਹਰਮਨ ਜੀ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਕਾਰਨ ਮੇਰੀ ਸਤਿ ਸ਼੍ਰੀ ਅਕਾਲ ਜੀ। ਵਾਂਸ ਅਗੇਨ ਅਸੀਂ ਅੱਜ ਆਏ ਜਸ ਪੰਜਾਬੀ ਦੇ ਸ਼ੋਅ ਤੇ ਦੁਬਾਰਾ, ਤੇ ਅੱਜ ਇਹ ਨਿਊਜ਼ ਤੁਸੀਂ ਹੁਣ ਮੈਂਸ਼ਨ ਕੀਤਾ ਵੀ ਕੋਵਿਡ ਦੇ ਕਰਕੇ ਥੋੜਾ ਜਿਹਾ ਪੈਨਿਕ ਸ਼ੁਰੂ ਹੋ ਗਿਆ ਦੁਬਾਰਾ। ਅਸੀਂ ਅਰਦਾਸ ਕਰਦੇ ਹਾਂ ਕਿ ਵੀ ਸਭ ਠੀਕ ਠਾਕ ਰਹੇ ਔਰ ਜਿਵੇਂ ਕੋਈ ਦੁਬਾਰਾ ਪਹਿਲੇ ਵਾਲੀ ਸਿਚੁਏਸ਼ਨ ਨਾ ਹੋਵੇ। ਇਸ ਟਾਈਮ ਥੋੜੀ ਅਵੇਅਰਨੈਸ ਵੀ ਹੈਗੀ ਹੈ ਕਿ ਵੀ ਮਾਸਕ ਦੁਬਾਰਾ ਰਿਕਮੈਂਡ ਕਰ ਰਹੇ ਨੇ ਕਿ ਪਾਉਣਾ ਚਾਹੀਦਾ ਵੇ, ਭਾਵੇਂ ਸਭ ਨੇ ਵੈਕਸੀਨੇਸ਼ਨ ਕਰਾਈ ਹੋਈ ਹੈ, ਬਟ ਇਸ ਤੋਂ ਐਡਵਾਈਸ ਇਸ ਕਿ ਵੀ ਆਪਣੀ ਅਗਰ ਮਾਸਕ ਪਾ ਸਕਦੇ ਹੋ ਅਗਰ ਬੜੀ ਗੈਦਰਿੰਗ ਜਾ ਰਹੇ ਹੋ ਤਾਂ ਇਟਸ ਗੁੱਡ ਟੂ ਹੈਵ ਟੂ ਯੂਜ਼ ਅ ਮਾਸਕ ਅਗੇਨ, ਕਿ ਦੁਬਾਰਾ ਸਿਚੁਏਸ਼ਨ ਉਸ ਲੈਵਲ ਤੇ ਨਾ ਆਵੇ ਜੋ ਲਾਸਟ ਟਾਈਮ ਆਈ ਸੀ। ਸੋ ਮਾਰਕੀਟ ਜਿਵੇਂ ਅਸੀਂ ਮੈਂਸ਼ਨ ਕਰਦੇ ਹਾਂ, ਮਾਰਕੀਟ ਇਜ਼ ਗੁੱਡ ਐਂਡ ਹੋਪਫੁਲੀ ਇਟ ਵਿਲ ਰਿਮੇਨ ਗੁੱਡ, ਕਿ ਲੋਕਾਂ ਦਾ ਮਾਇੰਡ ਸੈਟ ਜੋ ਹੋਇਆ ਲਾਸਟ ਕੋਵਿਡ ਦੇ ਪੈਨਿਕ ਤੋਂ ਫੀਅਰ ਕਰਕੇ, ਜੋ ਪੀਪਲ ਸਟਾਰਟ ਮੂਵਿੰਗ ਫਰੋਮ ਡੈਂਸਿਟੀ ਏਰੀਆ ਟੂ ਓਪਨ ਏਰੀਆਜ਼, ਉਹ ਉਸ ਕਰਕੇ ਉਹ ਚੱਲ ਰਿਹਾ ਜੇ ਰਸ਼, ਜਿਹੜਾ ਉਹ ਰਸ਼ ਅਜੇ ਖਤਮ ਨਹੀਂ ਹੋਇਆ, ਐਂਡ ਇਟਸ ਦੈਟਸ ਵੇਅਰ ਦ ਰਸ਼ ਵਿਲ ਕੀਪ ਔਨ ਗੋਇੰਗ, ਕਿ ਜੋ ਓਵਰ ਦੀ ਐਸਕਿੰਗ ਪ੍ਰਾਈਜ਼ ਦਾ ਕਾਰ ਵੀ ਬਿਲਡਿੰਗ ਹੋ ਰਹੀ ਹੈ। ਸੋ ਮਾਰਕੀਟ ਇਜ਼ ਵੈਰੀ ਹਾਟ, ਅਗਰ ਕਿਸੇ ਨੇ ਕਰ ਲੈਣਾ ਹੈ ਇਟਸ ਅ ਪਰਫੈਕਟ ਟਾਈਮ ਟੂ ਬਾਏ ਦਾ ਹਾਊਸ ਅਜੇ, ਕਿਉਂਕਿ ਯੂ ਨੋ ਇਟਸ ਕਿਉਂਕਿ ਘਰਾਂ ਦੀ ਜੋ ਸ਼ਾਰਟੇਜ ਚੱਲ ਰਹੀ ਹੈ, ਇਟਸ ਗੋਇੰਗ ਟੂ ਕੰਟੀਨਿਊ ਫਾਰ ਆਈ ਵੀ ਹੋਪ ਅਨਦਰ ਈਅਰ। ਕਰੈਕਟ ਹਰਮਨ ਜੀ, ਕਈ ਸਾਰੇ ਸਵਾਲ ਜਿਹੜੇ ਦਰਸ਼ਕਾਂ ਨੇ ਭੇਜੇ ਆ। ਪਹਿਲਾ ਸਵਾਲ ਹੈ ਜੀ, ਵੀ ਹੈਵ ਟੇਕਨ PPP ਲੋਨ, ਕੈਨ ਵੀ ਸਟਿਲ ਗੈਟ ਦਾ ਹੋਮ ਲੋਨ? ਹਾਂਜੀ, ਤੁਸੀਂ ਅਗਰ PPP ਲੋਨ ਲਿਆ ਹੈਗਾ ਵੀ, PPP ਲੋਨ ਇਜ਼ ਅ ਬਿਜ਼ਨਸ ਲੋਨ, ਅਗਰ ਤੁਸੀਂ ਕੋਈ ਆਪਣਾ ਬਿਜ਼ਨਸ ਕਰਦੇ ਹੋ ਜਾਂ ਕੋਈ ਜਿਵੇਂ ਸਾਡੇ ਟੈਕਸੀ ਚਲਾਉਂਦੇ ਨੇ ਭਰਾ ਆਪਣੇ, ਸਾਡੇ ਕੰਸਟਰਕਸ਼ਨ ਦੇ ਵਾਗੇ ਨੇ ਆਪਣੇ ਬਿਜ਼ਨਸਮੈਨ, ਉਹਨਾਂ ਦੇ ਉਹ ਬਿਜ਼ਨਸ ਲੋਨ ਦੇ ਬਿਜ਼ਨਸ ਦੇ ਅਗੇਂਸਟ ਮਿਲਿਆ ਜੋ ਤੁਹਾਡਾ ਕੰਮ ਸੀ, ਉਹ PPP ਲੋਨ ਦੀ ਪੇਮੈਂਟਾਂ ਵੀ ਡਿਊ ਨਹੀਂ ਨੇ 24 months ਵਾਸਤੇ, ਕਿਉਂਕਿ ਅਜੇ ਉਹਨਾਂ ਨੇ ਡਿਫਰ ਕਰਤੀਆਂ ਨੇ ਗਵਰਨਮੈਂਟ ਨੇ, ਅਤੇ ਤੁਸੀਂ ਤਾਂ ਵੀ ਕਰ ਲੈ ਸਕਦੇ ਹੋ। ਕਿਆ ਸਾਨੂੰ ਕੁਸ਼ਚਨ ਆਉਂਦੇ ਨੇ ਕਿ ਕਿਆ ਅਸੀਂ PPP ਦੇ ਪੈਸੇ ਲੈ ਕੇ ਡਾਊਨ ਪੇਮੈਂਟ ਦੇ ਕੇ ਕਰ ਲੈ ਸਕਦੇ ਹਾਂ? ਦੈਟ ਇਜ਼ ਅ ਲਿਟਲ ਪ੍ਰੋਬਲਮ, ਕਿਉਂਕਿ ਉਹ ਤੁਸੀਂ ਅਗਰ ਲੋਨ ਮਿਲਿਆ ਤੁਹਾਨੂੰ ਤੁਹਾਡੇ ਬਿਜ਼ਨਸ ਵਾਸਤੇ ਮਿਲਿਆ ਟੂ ਟਰਾਈ ਟੂ ਕੀਪ ਦਾ ਬਿਜ਼ਨਸ ਰਨਿੰਗ, ਅਤੇ ਉਹਨੂੰ ਤੁਸੀਂ ਆਪਣੇ ਘਰ 'ਚ ਯੂਜ਼ ਕਰਨਾ ਚਾਹੋ, ਦੈਟ ਇਜ਼ ਨਾਟ ਅਕਸੈਪਟੇਬਲ, ਅਤੇ ਇਸ ਕਰਕੇ ਧਿਆਨ ਰੱਖਣਾ, ਕਿਉਂਕਿ ਉਹਦੇ 'ਚ ਕੋਈ ਸਾਨੂੰ ਕੇਸਿਸ ਆਏ ਨੇ ਕਿ ਉਹਨਾਂ ਨੇ ਆਪਣੀ ਡਾਊਨ ਪੇਮੈਂਟ ਚੈੱਕ ਦੇ ਤਾ PPP ਲੋਨ 'ਚੋਂ, ਅੰਡਰ ਰਾਈਟਰ ਲੋਨ ਨੂੰ ਓਬਜੈਕਸ਼ਨ ਲਗਾ ਕੇ ਡਿਨਾਈ ਕਰਤਾ। ਸੋ ਦੈਟ ਇਜ਼ ਏ ਪ੍ਰੋਬਲਮ। ਅਦਰਵਾਈਜ਼ ਇਹ ਕਿ ਜਿਹੜੀ ਇਸ ਟਾਈਮ ਮਾਰਕੀਟ ਜਿਵੇਂ ਚੱਲ ਰਹੀ ਹੈ, ਜੋ ਸਾਨੂੰ ਇਸ ਬਾਇਰ ਵੀ ਆਉਂਦੀਆਂ ਨੇ ਕਿ ਵੀ ਸਾਨੂੰ ਆਫਰ ਅਸੀਂ ਪਾਉਂਦੇ ਹਾਂ, ਸਾਨੂੰ ਦਿੱਕਤ ਆਉਂਦੀ ਹੈਗੀ ਹੈ, ਕਿ ਉਹਦਾ ਇੱਕ ਬੈਸਟ ਤਰੀਕਾ ਹੋਵੇ ਕਿ ਜਿਹੜੀਆਂ ਇਸ਼ੂ ਤੁਹਾਡਾ PPP ਲੋਨ ਦਾ ਕੋਈ ਪ੍ਰੋਬਲਮ ਆਵੇ, ਗੈਟ ਇਟ ਪ੍ਰੀ ਅਪਰੂਵਡ ਫਸਟ। ਪ੍ਰੀ ਅਪਰੂਵਲ ਕਰਾਉਣ ਨਾਲ, ਕਿਉਂਕਿ ਸੈਲਰ ਨੂੰ ਪਤਾ ਹੈ ਕਿ ਮਾਰਕੀਟ ਜਿਹੜੀ ਹੈ ਇਸ ਟਾਈਮ ਸਮਰ 'ਚ ਮਾਰਕੀਟ ਹਾਟ ਹੁੰਦੀ ਹੈ, ਇਸ ਟਾਈਮ ਨੈਕਸਟ 2-3 ਮਹੀਨੇ ਕਾਫੀ ਗਰਮ ਰਹੇਗੀ, ਕਿਉਂਕਿ ਸਕੂਲ ਬੈਕ ਟੂ ਸਕੂਲ ਖੁੱਲ੍ਹੇ ਨਹੀਂ ਹੈਗੇ, ਬੈਕ ਟੂ ਸਕੂਲ ਸ਼ੁਰੂ ਨਹੀਂ ਹੋਇਆ ਜੇ, ਅਤੇ ਉਸ ਕਰਕੇ ਸੈਲਰ ਵਾਂਟਸ ਟੂ ਮੇਕ ਸ਼ੋਰ ਕਿ ਤੁਹਾਡੇ ਕੋਲ ਪ੍ਰੀ ਅਪਰੂਵਲ ਹੈ, ਅਸੀਂ ਉਹ ਆਪਣੇ ਆਫਰ ਐਕਸੈਪਟ ਕਰੀਏ ਜਿਹਦੀ ਪ੍ਰੀ ਅਪਰੂਵਲ ਹੋਵੇ, ਔਰ ਅਬਵ ਐਸਕਿੰਗ ਪ੍ਰਾਈਜ਼ ਵੀ ਅੱਜ ਕੱਲ੍ਹ ਆਫਰਾਂ ਜਾ ਰਹੀਆਂ ਨੇ, ਅਤੇ ਇਸ ਕਰਕੇ ਤੁਸੀਂ ਪ੍ਰੀ ਅਪਰੂਵਲ ਜ਼ਰੂਰ ਕਰਾਓ। ਅਗਰ ਤੁਸੀਂ ਅਬਵ ਐਸਕਿੰਗ ਪ੍ਰਾਈਜ਼ ਦੇ ਵੀ ਰਹੇ ਹੋ ਔਰ ਤੁਹਾਡੇ ਕੋਲ ਪ੍ਰੀ ਅਪਰੂਵਲ ਨਹੀਂ ਹੈ, ਤੇ ਸ਼ਾਇਦ ਤੁਹਾਨੂੰ ਏਜੰਟ ਜਿਹੜਾ ਵੇ ਲਿਸਟਿੰਗ ਏਜੰਟ ਸ਼ਾਇਦ ਤੁਹਾਡੀ ਆਫਰ ਨੂੰ ਸਟਰੋਂਗਲੀ ਪ੍ਰਜੈਂਟ ਨਹੀਂ ਕਰੇ, ਅਤੇ ਇਸ ਕਰਕੇ ਪਹਿਲਾ ਕੰਮ ਹੈ ਕਿ ਸਾਨੂੰ ਕਾਲ ਕਰੋ, ਆਪਣੀ ਪ੍ਰੀ ਅਪਰੂਵਲ ਕਰਾਓ, ਪ੍ਰੀ ਅਪਰੂਵਲ ਤੋਂ ਬਾਅਦ ਤੁਸੀਂ ਆਫਰ ਦਿਓ। ਅਗਰ ਅਬਵ ਆਸਕਿੰਗ ਪ੍ਰਾਈਜ਼ ਦੇ ਰਹੇ ਹੋ, ਯੂ ਹੈਵ ਅ ਬੈਟਰ ਚਾਂਸ ਕਿ ਤੁਹਾਡੀ ਆਫਰ ਐਕਸੈਪਟ ਹੋਏਗੀ, ਬਿਕਾਜ਼ ਸੈਲਰ ਨੋਸ ਕਿ ਤੁਹਾਡੀ ਗਾਰੰਟੀ ਦਾ ਡੀਲ ਕਲੋਜ਼ ਹੋਏਗੀ ਸਾਡੀ। ਠੀਕ ਹੈ ਹਰਮਨ ਜੀ, ਕਈ ਸਾਰੇ ਸਵਾਲ ਹੋਰ ਵੀ ਨੇ। ਕਿਹਾ ਜਾ ਰਿਹਾ ਕਿ ਮਾਰਕੀਟ ਦੇ ਵਿੱਚ ਅਫਵਾਹਾਂ ਵੀ ਨੇ ਕਿ ਜਿਹੜੇ ਕੰਸਟਰਕਸ਼ਨ ਹਾਊਸ ਜਿਹਨਾਂ ਦੇ ਵਿੱਚ ਨਿਊ ਕੰਸਟਰਕਸ਼ਨ ਹੈ ਉਹ ਘਰ ਨਹੀਂ ਬਾਏ ਕਰਨੇ ਚਾਹੀਦੇ,
ਜਾਂ ਫਿਰ ਬਾਏ ਕਰਨੇ ਚਾਹੀਦੇ ਹਨ? ਇਹ ਥੋੜੀ ਜਿਹੀ ਕਨਫਿਊਜ਼ਨ ਕ੍ਰੀਏਟ ਹੋਈ ਹੋਈ ਹੈ ਇਹਦੇ ਉੱਤੇ, ਤੁਸੀਂ ਜ਼ਰੂਰ ਚਾਨਣਾ ਪਾਓ। ਨਹੀਂ ਇਹਦਾ ਇਹ ਜਿਹੜਾ ਕੰਸਟਰਕਸ਼ਨ ਲੋਨ ਦਾ, ਕੰਸਟਰਕਸ਼ਨ ਇੰਡਸਟਰੀ 'ਚ ਕੀ ਹੋਇਆ ਸਡਨਲੀ, ਕਿਉਂਕਿ ਸਪਲਾਈ ਆਉਣੀ ਬੰਦ ਹੋਈ ਚਾਈਨਾ ਤੋਂ ਅਤੇ ਜਿਹੜੀ ਬਾਕੀ ਕੰਟਰੀਜ਼ ਤੋਂ, ਕੈਨੇਡਾ ਤੋਂ ਲੰਬਰ ਆਉਣਾ ਬੰਦ ਹੋ ਗਿਆ ਜੀ, ਅਤੇ ਮਟੀਰੀਅਲ ਕੋਸਟ ਜਿਹੜੀ ਹੈ 30-40% ਅਬਵ ਚਲੀ ਗਈ। ਸਪਲਾਈ ਜਿਹੜੇ ਵੀ ਘਰ ਬਣ ਗਏ ਸੀਗੇ, ਕੰਟਰੈਕਟ ਸਾਈਨ ਹੋਏ, ਉਹ ਕੰਟਰੈਕਟ ਘਰ ਮਿਲ ਰਹੇ ਨੇ, ਉਹਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿ ਬਿਲਡਰ ਨਾਟ ਏਬਲ ਟੂ ਫਿਨਿਸ਼ ਦਾ ਹਾਊਸਿਸ ਐਟ ਦਾ ਲੈਸ ਸਟੇਜ ਉੱਤੇ ਆ ਕੇ, ਕਿਉਂਕਿ ਕੋਸਟ ਵੱਧ ਗਈ, ਬਿਲਡਰ ਦਾ ਮਾਰਜਿਨ ਘੱਟ ਗਿਆ ਜਾਂ ਬਿਲਡਰ ਨੂੰ ਪ੍ਰੋਫਿਟ ਨਹੀਂ ਹੋ ਰਿਹਾ, ਅਤੇ ਬਿਲਡਰ ਇਜ਼ ਟ੍ਰਾਇੰਗ ਟੂ ਕੈਂਸਲ ਦਾ ਡੀਲ। ਉਹ ਬੜੀਆਂ ਦਿੱਕਤਾਂ ਆ ਰਹੀਆਂ ਨੇ। ਨਵਾਂ ਜਿਹੜਾ ਘਰ ਤੁਹਾਨੂੰ ਕੋਈ ਕਮਿਟ ਕਰ ਰਿਹਾ ਕਰੰਟਲੀ ਅੱਜ ਦੀ ਡੇਟ ਦੇ ਵਿੱਚ, ਜਸਟ ਬੀ ਕੇਅਰਫੁਲ, ਗੋ ਥਰੂ ਪ੍ਰੋਪਰ ਫੇਜ਼, ਕਿਉਂਕਿ ਅੱਜ ਕੱਲ੍ਹ ਜੀ ਮਟੀਰੀਅਲ ਕੋਸਟ 30-40% ਅਬਵ ਹੋਣ ਕਰਕੇ ਘਰਾਂ ਦੀ ਨਿਊ ਕੰਸਟਰਕਸ਼ਨ ਦੀ ਪ੍ਰਾਈਜ਼ ਵੱਧ ਗਈਆਂ ਨੇ। ਉਹ ਥੋੜ੍ਹਾ ਜਿਹਾ ਬੀ ਕੇਅਰਫੁਲ, ਟਾਕ ਟੂ ਯੋਰ ਅਟਰਨੀ, ਕੰਸਲਟ ਕਰੋ, ਕਿਉਂਕਿ ਜਿਹੜੀਆਂ ਐਗਜ਼ਿਸਟਿੰਗ ਡੀਲਾਂ ਚੱਲ ਰਹੀਆਂ ਉਹਨਾਂ 'ਚ ਦਿੱਕਤ ਆ ਰਹੀ ਹੈ, ਅਤੇ ਜਿਹੜੀਆਂ ਫਰਦਰ ਨਵੇਂ ਜਿਹੇ ਘਰ ਬਣਨੇ ਸ਼ੁਰੂ ਹੋਣੇ ਨੇ, ਮੇਕ ਸ਼ੋਰ ਸਾਈਨ ਏ ਗੁੱਡ ਕੰਟਰੈਕਟ ਵਿਦ ਬਿਲਡਰ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਬਿਲਡਰ ਬਾਅਦ 'ਚੋਂ ਜਦੋਂ ਬਿਲਡਰ ਨੂੰ ਪੈਸੇ ਨਹੀਂ ਮਿਲਦੇ, ਜਿੰਨਾ ਮਰਜ਼ੀ ਓਨਰਸ ਬਿਲਡਰ ਹੋਵੇ, ਉਹਦੀ ਦਿੱਕਤ ਅਗਰ ਹੋਈਗਾ ਉਹਨੂੰ, ਅਗਰ ਇਸ ਨਾਲ ਨੇ ਕੀ ਮਨੀ, ਉਹ ਤੁਹਾਨੂੰ ਘਰ ਦੀ ਡਿਲੀਵਰੀ ਨਹੀਂ ਕਰ ਸਕਦਾ ਟਾਈਮ ਦੇ, ਟਾਈਮਲੀ ਫੈਸ਼ਨ ਦੇ ਵਿੱਚ। ਰਾਈਟ, ਜਸਟ ਬੀ ਬੀ ਕੇਅਰਫੁਲ ਔਨ ਦਾ ਨਿਊ ਕੰਸਟਰਕਸ਼ਨ, ਰੀਡ ਦਾ ਕੰਟਰੈਕਟ, ਹੈਵ ਦਾ ਅਟਰਨੀ ਗੈਟ ਇਨਵੋਲਵ, ਸਾਈਨ ਦਾ ਪ੍ਰੋਪਰ ਕੰਟਰੈਕਟ ਵਿਦ ਦਾ ਬਿਲਡਰ ਕਿ ਬਿਲਡਰ ਨੂੰ ਪਤਾ ਹੋਵੇ ਕਿ ਹੀ ਸਾਈਨਿੰਗ ਏ ਗੁੱਡ ਡਾਕੂਮੈਂਟ, ਤੁਹਾਡੀ ਆਲਰੇਡੀ ਫਾਈਲ ਪੂਰੀ ਰੈਡੀ ਹੁੰਦੀ ਹੈ, ਉਹਦੇ 'ਚ ਇੱਕ ਹੁੰਦਾ ਕਿ ਤੁਸੀਂ ਸੇਮ ਪੈਕੇਜ ਲੈ ਕੇ ਨਵੇਂ ਲੋਨ ਤੇ ਬੈਂਕ ਨੂੰ ਸਬਮਿਟ ਕੀਤਾ ਔਰ ਅਪਰੇਜ਼ਲ ਕਰਾਈ, ਓਨਲੀ ਥਿੰਗ ਰਿਕੁਆਇਰਡ ਇਜ਼ ਅਪਰੇਜ਼ਲ ਰਿਪੋਰਟ, ਤੇ ਉਹ ਲੋਨ ਜਿਹੜਾ ਪਹਿਲਾ ਲੋਨ ਤੁਹਾਡਾ ਮਹੀਨੇ ਡੇਢ ਮਹੀਨੇ 'ਚ ਕਲੀਅਰ ਹੋਇਆ ਸੀਗਾ, ਨਵਾਂ ਲੋਨ ਜਿਹੜਾ ਵੀ ਵਿਦਿਨ 2 weeks ਕਲੀਅਰ ਹੋ ਜਾਂਦਾ। ਅਸੀਂ ਕਰਦੇ ਹਾਂ ਜੋ ਡੀ ਐਸ ਕੇ ਐਸ ਕਦੀ ਡੀਲ ਕੈਂਸਲ ਹੋ ਜਾਵੇ ਤੇ ਅਸੀਂ ਪੂਰਾ ਦਾ ਪੂਰਾ ਪੈਕੇਜ ਦਾ ਰੈਡੀ ਹੁੰਦਾ ਵੇ, ਤੇ ਪੈਕੇਜ ਸਬਮਿਟ ਕਰਦੇ ਹਾਂ ਬੈਂਕ ਨੂੰ, ਵਿਦਿਨ 3-4 days ਅਪਰੂਵਲ ਆਉਂਦੀਆਂ ਨੇ, ਐਂਡ ਵੀ ਗੈਟ ਦਾ ਅਪਰੇਜ਼ਲ ਡਨ ਵਿਦਿਨ 2 weeks, ਐਂਡ ਵੀ ਕੈਨ ਗੈਟ ਦਾ ਲੋਨ, ਟ੍ਰਾਂਸਫਰ ਤਾਂ ਨਹੀਂ ਹੋਇਆ ਬਟ ਸਿੰਸ ਪੈਕੇਜ ਵਾਜ਼ ਰੈਡੀ, ਉਹ ਲੋਨ ਬਹੁਤ ਸੁਪਰ ਫਾਸਟ ਹੋ ਜਾਂਦਾ, ਯੂ ਕੈਨ ਗੈਟ ਦਾ ਲੋਨ ਡਨ ਇਨ ਵਿਦਿਨ 2 weeks ਐਂਡ ਕਲੋਜ਼ ਇਟ ਇਨ 3-4 weeks 3 weeks ਵਿੱਚ। ਠੀਕ ਹੈ ਜੀ, ਨੈਕਸਟ ਸਵਾਲ ਵੀ ਲੈ ਰਹੇ ਨੇ ਆ ਹਰਮਨ ਸਿੰਘ ਜੀ, ਥੈਂਕ ਯੂ ਸੋ ਮੱਚ, ਐਵਰੀ ਵੀਕ ਯੂ ਗਿਵ ਅਸ ਅ ਗੁੱਡ ਐਡਵਾਈਸ, ਵੀ ਲਰਨ ਸੋ ਮੱਚ ਫਰੋਮ ਯੋਰ ਸ਼ੋਅ, ਵੀ ਲਿਵ ਇਨ ਬ੍ਰੋਂਕਸ ਐਂਡ ਲੁਕਿੰਗ ਟੂ ਮੂਵ ਟੂ ਲੋਂਗ ਆਈਲੈਂਡ, ਵੀ ਹੈਵ ਨੋ ਮੋਰਗੇਜ ਔਨ ਬ੍ਰੋਂਕਸ ਹਾਊਸ, ਹਾਊ ਕੈਨ ਵੀ ਗੈਟ ਕੈਸ਼ ਫਰੋਮ ਬ੍ਰੋਂਕਸ ਹਾਊਸ ਐਂਡ ਬਾਏ ਇਨ ਲੋਂਗ ਆਈਲੈਂਡ? ਦੇਖੋ ਜੀ, ਇਹ ਜਿਹੜਾ ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਿਹਾ ਹੈ ਕਿ ਵੀ ਅਸੀਂ ਕੁਈਨਜ਼ 'ਚ ਵੇਚ ਕੇ ਲੋਂਗ ਜਾ ਰਹੇ ਹਾਂ, ਬਰੁਕਲਿਨ 'ਚ ਵੇਚ ਕੇ ਜਾ ਰਹੇ ਹਾਂ, ਬ੍ਰੋਂਕਸ 'ਚ ਵੇਚ ਕੇ ਆ ਰਹੇ ਹਾਂ, ਦਿਸ ਇਜ਼ ਅ ਵੈਰੀ ਕਾਮਨ ਟ੍ਰੈਂਡ ਹੈਗਾ ਵੇ, ਕਿਉਂਕਿ ਜਿਹੜੀਆਂ ਪ੍ਰਾਪਰਟੀਆਂ ਕੁਈਨਜ਼ ਦੇ 'ਚ, ਬਰੁਕਲਿਨ 'ਚ ਬਣੀਆਂ, ਸਾਡੇ ਕੋਲ ਕਈ ਕੇਸਿਸ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਘਰ ਲਏ ਸੀਗੇ, 2 lakh ਦਾ ਘਰ ਲਿਆ ਸੀਗਾ, ਅੱਜ ਉਹ ਘਰ ਮਿਲੀਅਨ ਦਾ ਹੋ ਗਿਆ। ਅਗਰ ਉਹ ਘਰ ਵੇਚਦੇ ਨੇ, ਉਸ ਘਰ ਦੇ ਉੱਤੇ ਕੈਪੀਟਲ ਗੇਨ ਟੈਕਸਿਸ ਇੰਨੇ ਜ਼ਿਆਦਾ ਪੈਂਦੇ ਨੇ ਜੀ ਕਿ ਦੇ ਆਰ ਨਾਟ ਵਰਥ ਇਟ, ਕਿਉਂਕਿ ਅੱਛੀ ਰੈਂਟਲ ਇਨਕਮ ਬਣਦੀ ਹੈ, ਸਮ ਪੀਪਲ ਦੇ ਸੈਲ ਇਟ, ਸਮ ਪੀਪਲ ਦੇ ਕੀਪ ਇਟ, ਕਿ ਵੀ ਅਸੀਂ ਰੱਖ ਲਈਏ, ਰੈਂਟਲ ਇਨਕਮ ਆਏਗੀ ਅਤੇ ਕੱਲ੍ਹ ਨੂੰ ਰਿਟਾਇਰਮੈਂਟ ਦੀ ਇਨਕਮ ਬਣ ਜਾਏਗੀ ਜਾਂ ਬੱਚਿਆਂ ਵਾਸਤੇ ਕੋਈ ਐਸਟ ਬਣ ਜਾਏਗਾ, ਅਤੇ ਉਸ ਕੇਸ 'ਚ ਅਗਰ ਤੁਸੀਂ ਬ੍ਰਾਂਚ ਦਾ ਘਰ ਤੁਸੀਂ ਨਹੀਂ ਵੇਚਣਾ ਚਾਹੁੰਦੇ, ਤੁਹਾਡਾ ਅਗਰ 2 family ਘਰ ਹੈ, ਤੁਸੀਂ ਰੈਂਟ ਕਰਨਾ ਚਾਹੁੰਦੇ ਹੋ, ਉਹਦੇ 'ਚੋਂ ਕੈਸ਼ ਆਊਟ ਕੱਢ ਕੇ, ਅਸੀਂ ਰੀਸੈਂਟਲੀ ਕੇਸ ਕੀਤਾ ਬ੍ਰਾਂਚ ਦਾ ਹੀ ਸੀਗਾ, ਉਹਨਾਂ ਨੇ ਕੈਸ਼ 'ਚੋਂ ਕੱਢ ਕੇ ਉਹਨਾਂ ਨੇ ਆਪਣੇ ਬੇਟੇ ਨੂੰ ਮੈਰਿਜ ਲੰਚ ਘਰ ਲੈ ਕੇ ਦਿੱਤਾ ਵੇ, ਤਾਂ ਤੁਸੀਂ ਅਗਰ ਇਹਦੇ 'ਚੋਂ ਕੈਸ਼ ਕੱਢ ਕੇ, ਯੂ ਕੈਨ ਪੁੱਟ ਅ ਡਾਊਨ ਪੇਮੈਂਟ ਫਰੋਮ ਦਿਸ ਕੈਸ਼ ਟੂਵਰਡ ਦਾ ਲੋਂਗ ਰਨ ਹਾਊਸ। ਅਸੀਂ ਰੀਸੈਂਟਲੀ ਟ੍ਰਾਂਜੈਕਸ਼ਨ ਕੀਤੀ, ਜਿਹਨਾਂ ਨੇ ਆਪਣਾ ਕੋਈ ਰਿਚਮਾਨੇ 'ਚ ਘਰ ਵੇਚ ਕੇ ਉਹਨਾਂ ਨੇ ਫਲੋਰ ਪੱਕ ਲਿਆ, ਇੱਕ ਅਸੀਂ ਕੀਤਾ ਸੀ ਵੁੱਡ ਸਾਈਡ 'ਚੋਂ ਵੇਚ ਕੇ ਉਹਨਾਂ ਨੇ 100 ਕਰ ਲਿਆ। ਸੋ ਦਿਸ ਇਜ਼ ਅ ਵੈਰੀ ਕਾਮਨ, ਕਿਉਂਕਿ ਮੂਵਮੈਂਟ ਜਿਹੜੀ ਹੋ ਰਹੀ ਹੈ ਉਹ ਹੋ ਰਹੀ ਹੈ ਫਰੋਮ ਦਾ ਸਿਟੀ ਟੂ ਦਾ ਸਬਰਬਨ, ਸੋ ਇਟਸ ਅ ਵੈਰੀ ਕਾਮਨ ਇਸ਼ੂ। ਸਾਨੂੰ ਕਾਲ ਕਰੋ, ਵੀ ਵਿਲ ਸਿਟ ਵਿਦ ਯੂ, ਵਿਲ ਵਾਕ ਯੂ ਥਰੂ ਦਾ ਹੋਲ ਪ੍ਰੋਸੈਸ ਕਿ ਕਿਵੇਂ ਸੀ ਤੁਸੀਂ ਉੱਥੋਂ ਪੈਸੇ ਕੱਢ ਕੇ ਦੂਜਾ ਘਰ ਲੋਂਗ ਰਨ 'ਚ ਬਾਏ ਕਰ ਸਕਦੇ। ਹਾਂ, ਕੋਈ ਪੈਸੇ ਕੱਢ ਕੇ, ਮੈਂ ਪਿਛਲੇ ਵਾਲੇ ਸ਼ੋਅ 'ਚ ਵੀ ਕਿਹਾ ਸੀ, ਕੋਈ ਪੈਸੇ ਕੱਢ ਕੇ ਮੈਨੂੰ ਗਿਫਟ ਕਰਨਾ ਚਾਹੁੰਦਾ ਤਾਂ ਮੈਨੂੰ ਡਾਇਰੈਕਟ ਕਾਲ ਕਰ ਸਕਦਾ, ਜੇ ਪੈਸੇ ਕੱਢ ਕੇ ਘਰ ਬਾਏ ਕਰਨਾ ਚਾਹੁੰਦਾ ਫਿਰ ਤੁਸੀਂ ਹਰਮਨ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ, 516-441-7000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, 718-441-7000 ਇਹ ਵੀ ਇਹਨਾਂ ਦਾ ਨੰਬਰ ਹੈ। ਇੱਕ ਆਫਿਸ ਇਹਨਾਂ ਦਾ ਹਿਕਸਵਿਲ ਲੋਂਗ ਆਈਲੈਂਡ ਦੇ ਵਿੱਚ ਹੈ, ਇੱਕ ਆਫਿਸ ਇਹਨਾਂ ਦਾ ਰਿਚਮੰਡ ਹਿਲ ਦੇ ਵਿੱਚ ਹੈ। ਤੁਸੀਂ ਜਿੱਥੇ ਕਿੱਥੇ ਵੀ ਰਹਿੰਦੇ ਹੋ ਤੁਸੀਂ ਇਹਨਾਂ ਦੇ ਨਾਲ ਆਪਣੀ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ, ਇਹਨਾਂ ਦੀ ਫਰੀ ਪਰਸਨਲ ਕੰਸਲਟੇਸ਼ਨ ਹੈ। ਜਦ ਤੁਸੀਂ ਕਹੋਗੇ ਕਿ ਅਸੀਂ ਸ਼ੋਅ ਵੇਖਿਆ ਜਸ ਪੰਜਾਬੀ ਦੇ ਉੱਤੇ, ਤਾਂ ਤੁਹਾਨੂੰ ਸਪੈਸ਼ਲ ਜਿਹੜੀ ਸਰਵਿਸ ਦਿੱਤੀ ਜਾਏਗੀ ਔਰ ਤੁਹਾਡਾ ਧਿਆਨ ਜਿਹੜਾ ਹੈ ਰੱਖਿਆ ਜਾਏਗਾ। ਪਰ ਤੁਸੀਂ ਜ਼ਰੂਰ ਦੱਸਣਾ ਹੈ ਕਿ ਤੁਹਾਡਾ ਸ਼ੋਅ ਵੇਖਿਆ ਸੀਗਾ, ਸਾਨੂੰ ਤੁਹਾਡੇ ਤੋਂ ਰੈਕਮੈਂਡੇਸ਼ਨ ਚਾਹੀਦੀ ਹੈ ਜਾਂ ਫਿਰ ਤੁਹਾਡੇ ਤੋਂ ਐਡਵਾਈਸ ਚਾਹੀਦੀ ਹੈ। ਨੈਕਸਟ ਕੁਐਸਚਨ ਦੇ ਵੱਲ ਚੱਲਦੇ ਹਾਂ। ਵੀ ਗੋਟ ਅ ਪ੍ਰੀ ਅਪਰੂਵਲ ਫਰੋਮ ਓਮਨੀ ਮੋਰਗੇਜ ਇਨ 2019, ਵੀ ਡਿਡ ਨਾਟ ਵਰਕ ਇਨ 2020 ਡਿਊ ਟੂ ਪੈਂਡਮਿਕ,
We are back to work full time now. Can we qualify for a loan? It's a very easy, बहुत अच्छा question है क्योंकि काफी सारे clients को confusion रहता है कि ऐसे 2020 से loan काम नहीं किया क्योंकि pandemic करके businesses बंद हो गए, सानू salary नहीं मिली है, तो हूँ ऐसे काम शुरू किया है, तो क्या ऐसे कर ले सकते हैं? तुसी absolutely कर ले सकते हो क्योंकि तुसी अगर back to work हो गए हो, अगर ते same company दी same job ते गए हो, then it's very good. अगर जॉब चेंज भी हो गई है, दूसरी जॉब पे जा रहे हो, तुहानू 40 आवर दे वीक दे पेस से मिल रही है एंड तुसी फुल टाइम बैक टू वर्क है गए हो, उसी बेस दे उत्ते यस, क्योंकि पेंडेमिक एक साल 2020 है, सारे बैंकों ने उन्हें फॉरगिवन किया है कि अगर तुसी काम नहीं किया बिकॉज तुसी तुसी नहीं काम किया, काम है नहीं सीगा, तो इस करके इट्स नॉट योर फॉल्ट कि तुसी उसकी बेस से तुहानू पीनलाइज नहीं करते बैंक, तो तुसी 2020 की पेस तो लैके आओ, हुण सड़कों केसिस आ गए जिन्होंने 2 महीने पहले जॉब शुरू की बैक टू वर्क, कोई महीना पहले की है, they are coming back and assi unhon de mahine 2 mahine di pay stub dikhane hain bank nu and we get the loan done. Agar tusi pre pro crisis adgo 2019 ch te hun tusi 20 nu chhad ke 21 di jo tumne sanu 4 pay stub last di de rahe ho odi base te assi all tonu navi pre pro le lange and we'll help you to find a house also, so please call us in the office, sade tusi queens office ya longwood office call kar sakde ho, assi number apna bada easy rakhe hoya ki 71 jehda oh queens da number hunda ve area code 516 Longland ਦਾ ਹੈ, ਤੇ ਅਸੀਂ ਦੋਨੋਂ ਪਹਿਲੇ ਤੇ ਨੰਬਰ ਡਿਫਰੈਂਟ ਰੱਖੇ ਨੇ ਐਸ ਪਰ ਦਟ ਕਾਉਂਟੀ, ਨਾਸਾ ਕਾਉਂਟੀ ਐਂਡ ਕੁਇਨਸ ਕਾਉਂਟੀ, ਬਾਕੀ ਤਾਂ ਸਾਡੇ ਨੰਬਰ ਜਿਹੜੇ ਨੇ ਬਿਲਕੁਲ ਆਇਡੈਂਟੀਕਲ ਸੇਮ ਹੈਗੇ ਨੇ, ਵਿਚ ਇਜ਼ ਰੇਅਰਲੀ ਹੁੰਦਾ ਵੇ ਕਿ ਅਸੀਂ ਵੀ ਵਰ ਲੱਕੀ ਵੀ ਗਾਟ ਦਸ ਟੂ ਨੰਬਰਸ ਸਿਮਿਲਰ। ਠੀਕ ਹੈ ਜੀ, ਕਈ ਸਾਰੇ ਸਵਾਲ ਹੋਰ ਵੀ ਨੇ ਜਿਨ੍ਹਾਂ ਵਿੱਚ ਇੱਕ ਸਵਾਲ ਹੈ, ਮੈਂ ਤੇ ਮੇਰੀ ਵਾਈਫ ਦੀ ਜਿਹੜੀ ਇਨਕਮ ਹੈ ਅਸੀਂ ਆਪਣੇ ਪੇਰੈਂਟਸ ਦੀ ਟੇਕ ਕੇਅਰ ਕਰਦੇ ਹਾਂ, ਕੀ ਅਸੀਂ ਇਸ ਵਰਕ ਨੂੰ ਸ਼ੋ ਕਰਕੇ ਇਸ ਇਨਕਮ ਨੂੰ ਸ਼ੋ ਕਰਕੇ ਅਸੀਂ ਆਪਣਾ ਲੋਨ ਅਪਲਾਈ ਕਰ ਸਕਦੇ ਹਾਂ ਕਿ ਨਹੀਂ? ਇੱਕ ਸਵਾਲ ਇਹ ਵੀ ਹੈ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਹਾਂ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਹਰਮਨ ਸਿੰਘ ਜੀ ਦੇ ਨਾਲ ਬਦਸਤੂਰ ਇਸ ਪ੍ਰੋਗਰਾਮ ਨੂੰ ਰੱਖਾਂਗੇ ਜਾਰੀ ਔਰ ਲਵਾਂਗੇ ਉਹਨਾਂ ਤੋਂ ਮੋਰਗੇਜ ਅਤੇ ਰੀਅਲ ਅਸਟੇਟ ਦੀ ਐਡਵਾਈਸ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਹਰਮਨ ਸਿੰਘ ਜੀ ਦੇ ਕੋਲ, ਅਤੇ ਸਵਾਲ ਉਹਨਾਂ ਨੂੰ ਸੀਗਾ ਕਿ ਜੇਕਰ ਤੁਸੀਂ ਆਪਣੇ ਮੋਮ ਐਂਡ ਡੈਡ ਦੀ ਟੇਕ ਕੇਅਰ ਕਰਦੇ ਹੋ, ਤੁਹਾਨੂੰ ਉੱਥੋਂ ਦੀ ਇਨਕਮ ਆਉਂਦੀ ਹੈ, ਕਿ ਤੁਸੀਂ ਉਸ ਇਨਕਮ ਨੂੰ ਸ਼ੋਅ ਕਰਕੇ ਲੋਨ ਅਪਲਾਈ ਕਰ ਸਕਦੇ ਹੋ ਕਿ ਨਹੀਂ? ਇਹ ਸਵਾਲ ਅਸੀਂ ਲੈਣੇ ਹਰਮਨ ਸਿੰਘ ਜੀ ਤੋਂ। ਹਰਮਨ ਜੀ, ਕੀ ਹੋ ਸਕਦਾ ਜੀ ਲੋਨ ਅਪਲਾਈ ਉਹਨਾਂ ਦਾ? ਬਿਲਕੁਲ ਹੋ ਸਕਦਾ ਜੀ, ਕਿਉਂਕਿ ਇਹਦੇ 'ਚ ਤੁਹਾਨੂੰ ਪੇ ਸਟਬ ਮਿਲਦੀ ਹੈ, W2 ਮਿਲਦਾ ਹੈ, ਪ੍ਰੋਪਰ ਇੰਪਲੋਇਮੈਂਟ ਹੈ, ਤੁਹਾਡੀ ਜੋਬ ਹੈਗੀ ਹੈ, ਇਹ ਵੀ ਇੱਕ ਜੋਬ ਆਉਂਦੀ ਹੈ ਕਿ ਆਪਣੇ ਸੀਨੀਅਰਸ, ਆਪਣੇ ਪੇਰੈਂਟਸ ਨੂੰ ਜਾਂ ਕਿਸੇ ਸੀਨੀਅਰਸ ਨੂੰ, ਸਾਡੇ ਕੋਲ ਕਾਫੀ ਕਲਾਇੰਟ ਆਉਂਦੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਬਾਹਰ ਦੇ ਕਿਸੇ ਸੀਨੀਅਰ ਦੀ ਟੇਕ ਕੇਅਰ ਕਰਦੇ ਨੇ, ਦੈਟ ਇਜ਼ ਕੰਸਿਡਰ ਜੋਬ, ਅਗਰ ਤੁਹਾਡੀ ਪੂਰੀ ਫੁੱਲ ਟਾਈਮ ਤੁਹਾਡੀ 40 ਆਵਰ ਦੀ ਜੋਬ ਤੁਹਾਡੀ ਚੱਲ ਰਹੀ ਹੈ, ਉਹ ਤੁਹਾਨੂੰ ਸੈਲਰੀ ਮਿਲਦੀ ਹੈ ਅਪਰੋਕਸੀਮੇਟਲੀ $19 ਦੇ ਆਸ ਪਾਸ ਮਿਲਦੇ ਨੇ, ਤੇ ਤੁਸੀਂ ਅਗਰ ਉਸ ਦੋ ਹਸਬੈਂਡ ਵਾਈਫ ਦੀ ਇਨਕਮ ਮਿਲਾ ਕੇ, ਆਮ ਪ੍ਰੀਟੀ ਸ਼ੋਰ ਕਿ ਤੁਸੀਂ ਕੁਆਲੀਫਾਈ ਕਰ ਜਾਓਗੇ ਅੱਛੇ ਲੋਨ ਵਾਸਤੇ, ਤੇ ਉਹਦੇ ਵਾਸਤੇ ਅਗਰ ਤਾਂ ਇਹ ਵੇ ਕਿ ਕੰਡੀਸ਼ਨ ਹੁੰਦੀ ਕਿ ਦਿਸ ਜੋਬ ਸ਼ੁੱਡ ਬੀ ਐਟਲੀਸਟ ਫਾਰ 2 ਈਅਰਸ, ਅਗਰ 2 ਸਾਲ ਤੋਂ ਕਰ ਰਹੇ ਹੋ, ਅਗਰ 1 ਸਾਲ ਤੋਂ ਕਰ ਰਹੇ ਹੋ ਤਾਂ ਉਸ ਤੋਂ ਪਿੱਛੇ ਦੀ ਜੋਬ ਹਿਸਟਰੀ ਚਾਹੀਦੀ ਹੁੰਦੀ ਹੈ ਕਿ ਤੁਸੀਂ ਪਹਿਲੇ ਕੀ ਕਰ ਰਹੇ ਸੀਗੇ, ਠੀਕ ਹੈ, ਤੇ ਇਸ ਕਰਕੇ ਇਹ ਵੇ ਕਿ 2 ਈਅਰ ਜੋਬ ਹਿਸਟਰੀ ਕੰਪਲੀਟ ਹੋਣੀ ਚਾਹੀਦੀ ਹੈ, ਭਾਵੇਂ 1 ਸਾਲ ਕੋਈ ਹੋਰ ਕੰਮ ਕੀਤਾ, 1 ਸਾਲ ਤੋਂ ਪੇਰੈਂਟਸ ਨੂੰ ਟੇਕ ਕੇਅਰ ਕਰ ਰਹੇ ਹੋ, ਯੈਸ ਇਸ ਕੇਸ ਲੋਨ ਮਿਲਦਾ ਹੈ। ਇਹ ਵੀ ਇੱਕ ਬੜੀ ਵੱਡੀ ਅਵੇਅਰਨੈਸ ਹੈ ਜੋ ਜੀ ਅਸੀਂ ਐਕਟੀਵਿਟੀ ਤੇ ਬੋਲ ਰਹੇ ਹਾਂ, ਕਿਉਂਕਿ ਬਹੁਤ ਕਾਫੀ ਫੈਮਿਲੀਆਂ ਜਿਹੜੀਆਂ ਆਪਣੇ ਪੇਰੈਂਟਸ ਦੀ ਟੇਕ ਕਰਦੀਆਂ ਨੇ, ਉਹਨਾਂ ਨੂੰ ਆਈਡੀਆ ਵੀ ਨਹੀਂ ਹੁੰਦਾ, ਉਹ ਸੋਚਦੇ ਨੇ ਕਿ ਜੇ ਸਾਨੂੰ ਗਵਰਨਮੈਂਟ ਹੈਲਪ ਕਰਕੇ ਪੈਸੇ ਦੇ ਰਹੀ ਹੈ, ਬਟ ਦਿਸ ਇਜ਼ ਨਾਟ ਅ ਜੋਬ, ਔਰ ਅਸੀਂ ਇਸ ਬੇਸ ਤੇ ਲੋਨ ਨਹੀਂ ਲੈ ਸਕਦੇ। ਸੋ ਦਿਸ ਇਜ਼ ਬੇਸਿਕਲੀ ਅ ਜੋਬ, ਦਿਸ ਇਜ਼ ਅ ਲੈਜਿਟ ਜੋਬ, ਯੂ ਆਰ ਡੂਇੰਗ ਇਟ ਐਂਡ ਯੂ ਗੈਟਿੰਗ ਮਨੀ ਆਊਟ ਆਫ ਇਟ, ਦੇ ਆਰ ਪੇਇੰਗ ਇਨ ਯੂ W2, ਸੋ ਦੈਟ ਮੀਨਸ ਦੈਟਸ ਅ ਲੈਜਿਟ ਜੋਬ, ਯੂ ਕੈਨ ਗੈਟ ਲੋਨ। ਇਹਦੇ ਚ ਬੜਾ ਅਨਅਵੇਅਰਨੈਸ ਨਹੀਂ ਹੈਗੀ ਜੀ, ਅਸੀਂ ਬੋਲ ਰਹੇ ਹਾਂ, ਅਸੀਂ ਵੀ ਆਰ ਗੁੱਡ ਕਵਰਿੰਗ ਦਾ ਟਾਪਿਕ, ਕਿਉਂਕਿ ਇਹਦੇ ਚ ਡੈਫੀਨੇਟਲੀ ਅਗਰ ਤੁਸੀਂ ਕਰ ਰਹੇ ਹੋ, ਸਾਡੇ ਕੋਲ ਬਹੁਤ ਕੇਸਿਸ ਅਸੀਂ ਕਰਦੇ ਹਾਂ, ਕਾਫੀ ਕਮਿਊਨਿਟੀਜ਼ ਕਰਦੇ ਹਾਂ, ਸਾਰੇ ਦਿਸ ਲਾ, ਦਿਸ ਇਨਕਮ ਅਪਲਾਈਜ਼ ਟੂ ਆਲ ਦ ਕਮਿਊਨਿਟੀ, ਠੀਕ ਹੈ ਜੀ, ਸਾਡੇ ਕੋਲ ਮਲਟੀ ਐਥਨਿਕ ਕਮਿਊਨਿਟੀ ਆਉਂਦੀਆਂ ਨੇ ਐਂਡ ਵੀ ਯੂਜ਼ ਦ ਇਨਕਮ ਟੂ ਕੁਆਲੀਫਾਈ ਦੈਮ, ਨਾਲੇ ਪੁੰਨ ਨਾਲੇ ਫਲੀਆਂ ਜਿਹਨੂੰ ਆਪਾਂ ਕਹਿੰਦੇ ਆ, ਬਿਲਕੁਲ ਐਬਸੋਲੂਟਲੀ, ਦੋਵੇਂ ਕੰਮ ਹੋ ਗਏ, ਤੁਸੀਂ ਪੁੰਨ ਵੀ ਕਰ ਰਹੇ ਹੋ ਨਾਲੇ ਫਲੀਆਂ ਵੀ, ਤੁਹਾਨੂੰ ਜਿਹੜੀ ਹੈਗੀ ਹੈ ਉਹ ਓਮਨੀ ਮੋਰਗੇਜ ਦਵਾਏਗੀ। ਫਲੀਆਂ ਲੈਣ ਲਈ ਤੁਹਾਨੂੰ ਨੰਬਰ ਮਿਲਾਉਣਾ ਪੈਣਾ 7184417000 ਦੇ ਉੱਤੇ, ਤਾਂ ਹੀ ਫਲੀਆਂ ਮਿਲਣਗੀਆਂ, ਐਵੇਂ ਨਹੀਂ ਮਿਲਣਗੀਆਂ। ਔਰ ਜੇਕਰ ਤੁਹਾਡੇ ਕੋਲ $45,000, ਹੁਣ ਕਿਸੇ ਨੇ ਸਵਾਲ ਪੁੱਛਿਆ ਜੀ ਮੇਰੇ ਕੋਲ $45,000 ਹੈ ਔਰ ਇਨਕਮ ਵੀ ਸਾਡੀ ਗੁੱਡ ਹੈ, ਕ੍ਰੈਡਿਟ ਵੀ ਸਾਡੀ ਗੁੱਡ ਹੈ, ਵਧੀਆ ਪੰਜਾਬੀ ਹੋਣੇ ਭਾਅ ਜੀ ਜਿਹਨਾਂ ਦੀ ਇਨਕਮ ਵੀ ਗੁੱਡ ਹੈ ਅਤੇ ਕ੍ਰੈਡਿਟ ਵੀ ਗੁੱਡ ਹੈ, $45,000 ਵੀ ਪਿਆ, ਅਤੇ ਕੀ ਉਹ ਆਪਣਾ ਹਾਊਸ ਲੌਂਗ ਆਈਲੈਂਡ 'ਚ ਬਾਏ ਕਰ ਸਕਦੇ ਹਾਂ? ਬਿਲਕੁਲ ਤੁਸੀਂ ਬਾਏ ਕਰ ਸਕਦੇ ਹੋ ਜੀ, ਅੱਜ ਕੱਲ੍ਹ ਇਨਕਮ ਜਿਹੜੀ ਹੈ ਮੋਸਟਲੀ ਘਰਾਂ 'ਚ, ਸਾਡੇ ਆਪਣੇ ਪੰਜਾਬੀ ਘਰਾਂ 'ਚ ਅੱਜ ਕੱਲ੍ਹ ਬੱਚੇ ਵੱਡੇ ਹੋ ਗਏ ਨੇ, ਬੱਚਿਆਂ ਦੀ ਜਮ੍ਹਾਂ 'ਚ ਲੱਗਣੀ ਸ਼ੁਰੂ ਹੋ ਰਹੀਆਂ ਨੇ, ਐਂਡ ਵੀ ਸੀ ਕਿ ਵੀ ਟ੍ਰੈਂਡ ਚੇਂਜ ਹੋ ਗਿਆ ਹੈ, ਕਿ ਪਹਿਲੇ ਹੁੰਦਾ ਸੀ ਅਸੀਂ ਸਾਡੀ ਇਨਕਮ ਜਿਹੜੀ ਹੁੰਦੀ ਸੀ ਕਾਫੀ ਕੈਸ਼ ਇਨਕਮ ਹੁੰਦੀ ਸੀ, ਅਤੇ ਇਨਕਮ ਕੋਈ ਟੈਕਸ ਤੌਰ 'ਤੇ ਸ਼ੋਅ ਕੀਤੀ ਨਹੀਂ ਕੀਤੀ, ਅਤੇ ਉਹਦੇ ਚੱਕਰ ਹੁਣ ਅਸੀਂ ਵੇਖਦੇ ਹਾਂ ਟ੍ਰੈਂਡ ਚੇਂਜ ਹੋ ਗਿਆ, ਹੁਣ ਬੱਚਿਆਂ ਦੀ ਇਨਕਮ ਬੜੀ ਅੱਛੀ ਹੋ ਗਈਆਂ ਨੇ, ਬੱਚੇ ਨਾਲ ਕੋਸਾਈਨ ਕਰਦੇ ਨੇ ਪੇਰੈਂਟਸ ਦੇ,
ਤੇ 45,000 ਦੇ ਨਾਲ ਵੀ ਕਰ ਲੈ ਸਕਦੇ ਹੋ, ਐਬਸੋਲੂਟਲੀ ਲੈ ਸਕਦੇ ਹੋ, ਕਿਉਂਕਿ ਤੁਸੀਂ 5% ਡਾਊਨ ਦੇ ਕੇ ਮਿਨੀਮਮ ਜਿਹੜਾ ਕਰ ਹੁੰਦਾ, ਅਗਰ 6 ਲੱਖ ਦਾ ਕਰ ਹੈ ਤੁਸੀਂ 1 ਲੱਖ ਤੇ 6 ਲੱਖ ਦਾ ਕਰ ਲਿਆ, ਤੁਸੀਂ 30,000 ਡਾਊਨ ਦਿੱਤਾ ਤੇ 15,000 ਤੁਸੀਂ ਕਲੋਜ਼ਿੰਗ ਦਿੱਤੀ, ਤੁਸੀਂ ਉਸ ਕੇਸ ਕਰ ਲੈ ਸਕਦੇ ਹੋ। ਅਗਰ ਕਲੋਜ਼ਿੰਗ ਕਾਸਟ ਥੋੜ੍ਹੀ ਜਿਹੀ ਸ਼ਾਰਟ ਵੀ ਪੈ ਗਈ ਤੁਸੀਂ ਲੋਨ ਦੇ ਵਿੱਚ ਐਡ ਕਰ ਸਕਦੇ ਹੋ। ਤੇ 45,000 ਇਜ਼ ਅ ਗੁੱਡ ਅਮਾਊਂਟ ਆਫ ਮਨੀ, ਅਗਰ ਤੁਸੀਂ 5.5-6 ਲੱਖ ਦਾ ਕਰ ਲੈਣਾ ਚਾਹੁੰਦੇ ਹੋ, ਯੈਸ ਯੂ ਕੈਨ ਬਾਏ ਦਿਸ ਹਾਊਸ ਫੋਰ ਦੈਟ ਪ੍ਰਾਈਸ। ਆਈ ਜਸਟ ਫਿਨਿਸ਼ਡ ਦੀ ਸਕੂਲ ਐਂਡ ਗੋਟ ਆਰਨ ਜੋਬ 2 ਮੰਥਸ ਅਗੋ, ਕੈਨ ਆਈ ਬਾਏ ਦਾ ਹਾਊਸ ਵਿਦ ਮਾਈ ਪੇਰੈਂਟਸ? ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਗਰੈਚੁਲੇਸ਼ਨਸ ਕਿ ਤੁਹਾਨੂੰ ਜੋਬ ਮਿਲ ਗਈ ਹੈ, ਅਤੇ ਇੱਕ ਮਿਠਾਈ ਦਾ ਡੱਬਾ ਤੁਸੀਂ ਜ਼ਰੂਰ ਜਸ ਪੰਜਾਬੀ ਨੂੰ ਪਾਰਸਲ ਕਰਾ ਦੇਣਾ ਜੀ। ਅਤੇ ਉਹਨਾਂ ਨੇ ਸਵਾਲ ਪੁੱਛਿਆ ਕਿ ਕੈਨ ਆਈ ਬਾਏ ਹਾਊਸ ਵਿਦ ਮਾਈ ਪੇਰੈਂਟਸ? ਡੈਫੀਨੇਟਲੀ ਜੀ, ਕੋਈ ਵੀ ਜਦੋਂ ਇਹ ਕੁਐਸਚਨ ਅਸੀਂ ਬੜੀ ਵਾਰ ਕਵਰ ਕੀਤਾ ਵੇ, ਇਜ਼ ਗੁੱਡ ਐਜੂਕੇਸ਼ਨਲ ਕੁਐਸਚਨ ਹੈਗਾ ਵੇ, ਕਿ ਜਦੋਂ ਵੀ ਤੁਸੀਂ ਕੋਈ ਵੀ ਸਕੂਲ ਪਾਸ ਕਰਕੇ ਉਹਦੀ ਸਕਿੱਲ ਬੇਸ ਤੇ ਜੋਬ ਕਰਦੇ ਹੋ, ਤੇ ਜਿਹੜੀ ਕਿ ਜੋਬ ਜਿਹੜੀ ਹੈ ਨੋਨ ਜੋਬ ਹੈਗੀ, ਆਰ ਐਨ ਦੀ ਜੋਬ ਹੋ ਗਈ, ਆਈ ਟੀ ਦੀ ਜੋਬ ਹੋ ਗਈ, ਤੁਸੀਂ ਕੰਪਿਊਟਰ ਕੋਰਸ ਕੀਤਾ, ਅਗੋ ਬਿਜ਼ਨਸ ਸਟੱਫ ਕੀਤਾ, ਲਾਅ ਕੀਤਾ, ਉਸ ਬੇਸ ਤੇ ਤੁਸੀਂ ਭਾਵੇਂ ਜੋਬ ਤੁਹਾਡੀ 2 ਮਹੀਨੇ ਦੀ ਹੈ, ਵੈਸੇ ਰਿਕੁਆਇਰਮੈਂਟ ਹੁੰਦੀ ਹੈ ਕਿ 2 ਈਅਰ ਵਰਕ ਹਿਸਟਰੀ ਚਾਹੀਦੀ ਹੈ, ਮਗਰ ਅਗਰ ਸਕਿੱਲਡ ਜੋਬ ਹੈ, ਕੋਈ ਵੀ ਐਸੀ ਜੋਬ ਹੈ ਜਿਹੜੀ 2 ਮਹੀਨੇ ਪੁਰਾਣੀ ਹੈ, ਯੈਸ ਤੁਹਾਡੀ ਇਨਕਮ ਅਸੀਂ ਯੂਜ਼ ਕਰਕੇ, ਅਸੀਂ ਪੇਰੈਂਟਸ ਦੀ ਇਨਕਮ ਯੂਜ਼ ਕਰੋ ਜਾਂ ਨਾ ਕਰੋਗੇ, ਤੁਹਾਡੀ ਇਨਕਮ ਇਜ਼ ਇਨਫ, 2 ਮੰਥਸ ਜੋਬ ਇਨਕਮ ਇਜ਼ ਇਨਫ ਟੂ ਬਾਏ ਦਾ ਹਾਊਸ, ਡੈਫੀਨੇਟਲੀ ਸਾਨੂੰ ਕਾਲ ਕਰੋ। ਅਗਰ ਕਈ ਵਾਰ ਹੁੰਦਾ ਹੈ, ਕਈ ਵੱਡੇ ਬੈਂਕ ਜਿਹੜੇ ਨੇ ਦੇ ਆਰ ਹੈਜ਼ੀਟੈਂਟ, ਕਿਉਂਕਿ ਜੋਬ ਸਟੇਬਿਲਿਟੀ ਵੇਖਦੇ ਨੇ ਕਿ ਬਈ ਅਜੇ 2 ਮਹੀਨੇ ਪਹਿਲਾਂ ਜੋਬ ਸ਼ੁਰੂ ਕੀਤੀ, ਪਹਿਲਾਂ ਕਦੇ ਜੋਬ ਕੀਤੀ ਨਹੀਂ, ਤੇ ਉਹ ਥੋੜ੍ਹੇ ਜਿਹੇ ਕੰਡੀਸ਼ਨਾਂ ਹੋਰ ਲਗਾਉਂਦੇ ਨੇ, ਥੋੜ੍ਹਾ ਜਿਹਾ ਡਿਲੇ ਪ੍ਰੋਸੈਸ ਕਰਦੇ ਨੇ, ਮਗਰ ਐਵੇਂ ਕਿ ਅਸੀਂ ਕਿਉਂਕਿ ਜਿਹੜੇ ਸਾਡੇ ਬੈਂਕ ਹੈ, ਵੀ ਆਰ ਵੈਰੀ ਫਲੈਕਸੀਬਲ, ਜਿਵੇਂ ਅਸੀਂ ਮੈਂਸ਼ਨ ਕਰਦੇ ਹਾਂ ਕਿ ਸਾਡੇ ਕਿ ਕਈ ਵਾਰ ਘਰ ਪਸੰਦ ਆ ਗਿਆ, ਉਹਦੇ 'ਚ ਫੈਂਸ ਲੱਗੀ ਹੋਈ ਹੈ, ਪਰਮਿਟ ਨਹੀਂ ਸੀਗਾ, ਜਾਂ ਸਵਿਮਿੰਗ ਪੂਲ ਬਣਿਆ ਹੋਇਆ, ਪਰਮਿਟ ਨਹੀਂ ਹੈ, ਤੇ ਉਹ ਸਾਡੇ ਕੋਲ ਫਲੈਕਸੀਬਿਲਿਟੀ ਬੜੀ ਜ਼ਿਆਦਾ ਹੁੰਦੀ ਹੈ। ਸੋ ਫਾਰ ਯੂ ਐਗਰੀ ਕਿ ਅਸੀਂ ਘਰ ਲੈਣਾ ਵੇ, ਤੇ ਆਲ ਦਿਸ ਰੈਡ ਟੇਪ ਛੋਟੇ ਛੋਟੇ ਇਸ਼ੂਜ਼ ਨੇ, ਵੀ ਕੈਨ ਰਿਜ਼ੋਲਵ ਇਟ ਵੈਰੀ ਕੁਇਕਲੀ ਐਂਡ ਗੈਟ ਦਾ ਲੋਨ ਡਨ। ਤੇ ਸਾਨੂੰ ਕਾਲ ਕਰੋ ਅਗਰ ਤੁਹਾਨੂੰ ਕੋਈ ਦਿੱਕਤ ਹੈਗੀ, ਨਹੀਂ ਤਾਂ ਅਦਰਵਾਈਜ਼ ਯੂ ਕੈਨ ਡੈਫੀਨੇਟਲੀ ਬਾਏ ਦਾ ਹਾਊਸ, ਸਾਨੂੰ ਕਾਲ ਕਰੋ, ਬੋਲ ਕੇ ਅਸੀਂ ਤੁਹਾਨੂੰ ਪ੍ਰੀ ਅਪਰੂਵਲ ਦੇਵਾਂਗੇ। ਇਨਫੈਕਟ ਅਗਰ ਤੁਹਾਨੂੰ ਕੋਈ ਏਜੰਟ ਚਾਹੀਦਾ ਘਰ, ਅਗਰ ਤੁਸੀਂ ਨਿਊਯਾਰਕ ਏਰੀਆ 'ਚ ਘਰ ਦੇਖ ਰਹੇ ਹੋ, ਲੌਂਗ ਆਈਲੈਂਡ ਕੋਈ ਸਾਈਡ 'ਤੇ, ਅਸੀਂ ਤੁਹਾਨੂੰ ਹੈਲਪ ਵੀ ਕਰ ਸਕਦੇ ਹਾਂ, ਵੀ ਕੈਨ ਫਾਈਂਡ ਇਨ ਦਾ ਹਾਊਸ ਆਲਸੋ। ਬਿਲਕੁਲ, ਸੋ ਯੂਅਰ ਲੋਨ ਇਜ਼ ਦੇਅਰ ਇਫ ਯੂ ਰੀਅਲੀ ਵਾਂਟ ਟੂ ਬਾਏ ਅ ਹਾਊਸ ਐਂਡ ਯੂ ਥਿੰਕ ਕਿ ਮੇਰਾ ਲੋਨ ਨਹੀਂ ਹੋ ਰਿਹਾ, ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਹੋਈ ਹੈ। ਹਰਮਨ ਜੀ, ਇੱਕ ਇਹ ਵੀ ਸਵਾਲ ਹੈ ਕਈਆਂ ਦਾ ਕਿ ਜਿਨ੍ਹਾਂ ਦਾ ਲੋਨ ਪਹਿਲਾਂ ਅਪਰੂਵ ਨਹੀਂ ਹੋਇਆ ਕਿਸੇ ਕਾਰਨ ਪਿਛਲੇ ਸਾਲ ਜਾਂ 2 ਸਾਲ ਪਹਿਲਾਂ, ਉਹਨਾਂ ਨੇ ਟਰਾਈ ਨਹੀਂ ਕੀਤਾ, ਕੀ ਹੁਣ ਉਹਨਾਂ ਦਾ ਜੇ ਪੇਪਰ ਵਰਕ ਠੀਕ ਹੋ ਜਾਂਦਾ ਹੈ ਜਾਂ ਉਹਨਾਂ ਦੀ ਇਨਕਮ ਬੈਟਰ ਹੋ ਜਾਂਦੀ ਹੈ, ਤਾਂ ਕੀ ਉਹਨਾਂ ਦਾ ਹੁਣ ਲੋਨ ਅਪਰੂਵ ਹੋ ਸਕਦਾ ਅਗਰ ਇੱਕ ਵਾਰੀ ਡਿਨਾਈ ਹੋ ਗਿਆ ਤਾਂ? ਨਹੀਂ, ਦੇਖੋ, ਲੋਨ ਤੁਸੀਂ ਕਦੀ ਵੀ ਅਪਲਾਈ ਕਰ ਸਕਦੇ, ਤੁਹਾਡਾ ਇੱਕ ਲੋਨ ਡਿਨਾਈ ਹੋ ਗਿਆ, ਡਜ਼ਨਟ ਮੀਨ ਕਿ ਤੁਸੀਂ ਦੁਬਾਰਾ ਇੱਕ ਲੋਨ ਨਹੀਂ ਅਪਲਾਈ ਕਰ ਸਕਦੇ। ਤੁਸੀਂ ਲੋਨ ਦੁਬਾਰਾ ਅਗਰ ਲੈਸੇ ਕੋਈ ਰੀਜ਼ਨ ਸੀਗਾ ਕਿ ਤੁਹਾਡਾ ਕ੍ਰੈਡਿਟ ਸਕੋਰ ਲੋ ਹੋ ਗਿਆ ਜਾਂ ਤੁਹਾਡੇ ਕੋਲ ਡਾਊਨ ਪੇਮੈਂਟ ਘੱਟ ਸੀ, ਉਹਦੀ ਵਜ੍ਹਾ ਤੋਂ ਲੋਨ ਪੂਰਾ ਕੁਆਲੀਫਾਈ ਨਹੀਂ ਹੋਇਆ, ਹੁਣ ਤੁਹਾਡਾ ਕ੍ਰੈਡਿਟ ਵੀ ਠੀਕ ਹੋ ਗਿਆ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਹੈਗੀ ਹੈ, ਜਾਂ ਤੁਹਾਡਾ ਕੋਈ ਸਟੇਟਸ ਦਾ ਪ੍ਰੋਬਲਮ ਸੀ ਪਹਿਲੇ, ਹੁਣ ਅੱਜ ਕੱਲ੍ਹ ਕੀ ਹੈ ਕਿ ਸਾਡੇ ਜਿਹੜੇ ਬੈਂਕਸ ਹੈਗੇ ਨੇ, ਅਸੀਂ ਪੋਲੀਟੀਕਲ ਅਸਾਲਮ ਦੇ ਕੇਸਿਸ ਕਰਦੇ ਹਾਂ, ਕਿਉਂਕਿ ਮੋਸਟਲੀ ਵੱਡੇ ਬੈਂਕ ਪੋਲੀਟੀਕਲ ਅਸਾਲਮ ਦੇ ਕੇਸਿਸ ਨਹੀਂ ਕਰਦੇ ਜੀ, ਤੇ ਅਸੀਂ ਅਸੀਂ ਕਾਫੀ ਕੇਸ ਕਰਦੇ ਹਾਂ, ਡੇਲੀ ਬੇਸਿਸ ਸਾਡੇ ਕੋਲ ਕਲੋਜ਼ਿੰਗ ਆਉਂਦੀਆਂ ਨੇ, ਕਿ ਸਾਡਾ ਬਿਜ਼ਨਸ ਆਪਣੀ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਵੇ, ਤੇ ਸਾਡੀ ਕਮਿਊਨਿਟੀ ਜਿਹੜੀ ਵੀ ਨਵੇਂ ਜਿਹੜੇ ਆਏ ਹੋਏ ਨੇ, ਉਹ ਸਭ ਨੇ ਮੋਸਟਲੀ ਪੋਲੀਟੀਕਲ ਅਸਾਲਮ ਕੇਸਿਸ ਫਾਇਲ ਕੀਤੇ ਹੋਏ ਨੇ, ਤੇ ਉਹਦੀ ਬੇਸ ਦੇ ਉੱਤੇ ਲੋਨ ਕਰ ਲੈਣਾ ਹੋਵੇ। ਇਨਕਮ ਅੱਛੀਆਂ ਨੇ, ਕਿਉਂਕਿ ਅੱਜ ਕੱਲ੍ਹ ਸਾਡੇ ਕਈ ਭਰਾ ਜਿਹੜੇ ਨੇ ਉਬਰ ਚਲਾਉਂਦੇ ਨੇ, ਉਬਰ ਦੀ ਇਨਕਮ ਅੱਛੀਆਂ ਨੇ, ਤੇ ਉਸ ਇਨਕਮ ਦੀ ਬੇਸ ਤੇ ਪੋਲੀਟੀਕਲ ਅਸਾਲਮ ਦੇ ਨਾਲ ਐਡ ਕਰਕੇ ਲੋਨ ਹੋ ਜਾਂਦੇ ਨੇ, ਵਿਚ ਇਜ਼ ਵੈਰੀ ਡਿਫਰੈਂਟ ਦੈਨ ਬਿਗ ਬੈਂਕਸ। ਬਿਗ ਬੈਂਕਸ ਨਹੀਂ ਪੋਲੀਟੀਕਲ ਅਸਾਲਮ ਦੇ ਕਰਦੇ। ਸਾਨੂੰ ਕੋਈ ਕਈ ਵਾਰ ਕੇਸ ਆਉਂਦਾ, ਅਸੀਂ ਗਏ ਸੀ ਚੇਜ਼ ਨਾਲ, ਗਏ ਸਾਡੀ ਰਿਲੇਸ਼ਨਸ਼ਿਪ ਸੀ, ਮਗਰ ਮਹੀਨੇ ਬਾਅਦ ਉਹਨੇ ਸਾਡਾ ਕੇਸ ਡਿਨਾਈ ਕਰਤਾ, ਬਿਕਾਜ਼ ਉਹ ਕਰਦੇ ਨਹੀਂ ਹੈਗੇ। ਤੇ ਇਸ ਕਰਕੇ ਅਗਰ ਤੁਹਾਡਾ ਕੋਈ ਐਸਾ ਇਸ਼ੂ ਹੈ, ਅਗਰ ਪਹਿਲੇ ਲੋਨ ਤੁਹਾਡਾ ਨਹੀਂ ਹੋਇਆ, ਹੁਣ ਤੁਸੀਂ ਕਰਨਾ ਚਾਹੁੰਦੇ ਹੋ, ਸਾਨੂੰ ਦਿਖਾਓ, ਅਸੀਂ ਵਿਦ ਇਨ ਮੈਟਰ ਆਫ 24 ਆਵਰਸ ਵਿੱਚ, ਮੈਕਸੀਮਮ ਜਾਂ 48 ਆਵਰਸ 'ਚ ਤੁਹਾਨੂੰ ਅਸੀਂ ਯੈਸ ਦਾ ਆਂਸਰ ਦੇਵਾਂਗੇ। ਇਹ ਸਾਡੀ ਗਾਰੰਟੀ ਹੈ, ਅਸੀਂ ਕੋਈ ਤੁਹਾਨੂੰ ਮਹੀਨਾ 2 ਮਹੀਨੇ ਬਾਅਦ ਤੁਹਾਨੂੰ ਆਂਸਰ ਨਹੀਂ ਕਰਾਂਗੇ, ਵੀ ਵਿਲ ਗਿਵ ਯੂ ਦਾ ਆਂਸਰ ਗਾਰੰਟੀਡ 48 ਆਵਰਸ ਦੇ ਵਿੱਚ। ਅਗਰ ਤੁਹਾਡਾ ਕੋਈ ਕੰਪਲੈਕਸ ਇਸ਼ੂ ਹੈਗਾ, ਵਿਦ ਇਨ 48 ਆਵਰਸ ਅਗਰ ਕੋਈ ਈਜ਼ੀ ਇਸ਼ੂ ਹੈ, ਸਿੰਪਲ ਇਸ਼ੂ ਵਿੱਚ ਵੀ ਕੈਨ ਫਿਕਸ ਇਟ ਰਾਈਟ ਅਵੇ, ਤੁਸੀਂ ਆਫਿਸ ਆਓਗੇ, ਮੋਸਟ ਲਾਈਕਲੀ ਮੇਰੇ ਸਾਡੇ ਸਟਾਫ ਜਿਹੜਾ ਵੈਰੀ ਵੈਲ ਟ੍ਰੇਨਡ ਹੈ, ਤੁਹਾਨੂੰ ਉਹ ਹੀ ਹੈਂਡ ਦੱਸਣਗੇ ਵੀ ਤੁਹਾਡਾ ਲੋਨ ਕਿਵੇਂ ਹੋਏਗਾ, ਐਵੇਂ ਨਹੀਂ ਹੋ ਰਿਹਾ ਤਾਂ ਐਵੇਂ ਕਰ ਲਓ ਤੇ ਐਵੇਂ ਹੋ ਜਾਏਗਾ। ਬਿਲਕੁਲ ਜੀ, ਸੋ ਆਪਣੇ ਪੇਪਰ ਲੈ ਕੇ ਆਓ, ਜਿਵੇਂ ਤੁਸੀਂ ਕਿਹਾ ਹਰਮਨ ਜੀ, ਆਪਣੇ ਪੇਪਰ ਲੈ ਕੇ ਆਓ, ਆਪਣੇ ਪੇਪਰ ਨੂੰ ਅਪਰੂਵ ਕਰਾਓ ਔਰ ਲੋਨ ਲੈ ਕੇ ਘਰ ਵਾਪਸ ਜਾਓ। ਆਹ ਜਿਹੜੀ ਸਰਵਿਸ ਹੈ ਤੁਹਾਨੂੰ ਓਮਨੀ ਮੋਰਗੇਜ ਦੇ ਰਹੀ ਹੈ, ਔਰ 48 ਆਵਰਸ ਵਿੱਚ ਤੁਹਾਨੂੰ ਜਿਹੜਾ ਹੈਗਾ ਰਿਵਰਟ ਬੈਕ ਕਰੇਗੀ ਔਰ ਤੁਹਾਨੂੰ ਦੱਸ ਦੇਗੀ ਕਿ ਇੰਨਾ ਤੁਹਾਡਾ ਲੋਨ ਅਪਰੂਵ ਹੋਇਆ ਇਹਨਾਂ ਪੇਪਰਾਂ ਦੇ ਹਿਸਾਬ ਨਾਲ। ਕੋਈ ਵੀ ਤੁਹਾਡਾ ਸਵਾਲ ਹੈਗਾ, ਪ੍ਰੀ ਅਪਰੂਵਲ ਕਰਾ ਕੇ ਜੇ ਤੁਸੀਂ ਘਰ ਬਾਏ ਕਰਨਾ ਚਾਹੁੰਦੇ ਹੋ, ਤਾਂ ਉਹ ਬਾਏ ਕਰਨ ਦਾ, ਘਰ ਵੇਖਣ ਦਾ ਵੀ ਕੌਨਫੀਡੈਂਸ ਲੈਵਲ ਤੁਹਾਡਾ ਦੁੱਗਣਾ ਹੋ ਜਾਂਦਾ, ਕਿਉਂਕਿ ਤੁਹਾਨੂੰ
उन्होंने भेजे जी, आर टेनेंट इज़ नॉट पेइंग द रेंट एंड वी हैव शोन वेरी लेस रेंट ऑन आर टैक्स रिटर्न्स, आर बैंक इज़ नॉट एक्सेप्टिंग एंड नॉट अप्रूविंग द लोन, कैन ओमनी हेल्प अस। बिल्कुल जी, ये तुसीं ते बहुत ही टेक्निकल प्रॉब्लम हैगी है, क्योंकि लास्ट ईयर कोविड करके काफ़ी टेनेंट्स रेंट नहीं पे किए, तो थोड़ी रेंटल इनकम ड्रॉप हो गई, तो रेंटल इनकम ड्रॉप होना टैक्स रिटर्न से इनकम घट शो की, जो तुम लोन अपलाई किया रिफाइनेंस कराने वास्ते हूँ, तो तुम वो रेंटल इनकम घट होने करके लाइबिलिटी जी रेशियोज हो बढ़ गई, तो क्वालिफिकेशन प्रॉब्लम आ गई। वह एक रीजन हैगा वे कि अगर तुम हूँ अगर तुम टेनेंट्स रेंट देना शुरू करता है पिछले 3-4 महीने तो वो अगर चैक्स तुम सूँ दिखा दौ तो असी जाके अंडरराइटर कह सकते हैं कि कोविड करके मोरेटोरियम से न्यूयॉर्क स्टेट कि तुम टेनेंट बदर नहीं कर सकते रेंट वास्ते, मगर हूँ टेनेंट्स आर बैक टू वर्क हो गए हैं, जॉब लग गई ने, टेनेंट अच्छे से, टेनेंट जो 8-8 साल तो 7-7 साल तो सड़कों रह रहे हैं ना, वे स्टार्ट पे रेंट, तो उस करके वो चैक्स तुम लैके आओ, वो बेस से असी वी कैन जस्टिफाई, मगर वो चैक जो थोड़े को होने चाहिए ने पिछले 4-5 महीने के कि वो चैक्स की कापी और चैक थोड़े बैंक अकाउंट जमा होने चाहिए हैं, ਉਹਦੀ ਬੇਸ ਤੇ ਜਸਟੀਫਾਈ ਕਰਕੇ ਵੀ ਕੈਨ ਮੇਕ ਐਕਸੈਪਸ਼ਨ ਐਂਡ ਗੈਟ ਦ ਲੋਨ ਡਨ। ਥੋੜਾ ਜਿਹਾ ਕੰਪਲੀਕੇਟਡ ਹੈ ਬਟ ਇਟ ਇਜ਼ ਡੂਏਬਲ ਲੋਨ, ਅਸੀਂ ਕਰ ਸਕਦੇ ਹਾਂ, ਸਾਨੂੰ ਕਾਲ ਕਰੋ ਸਾਡੇ ਕੋਲ ਆ ਜਾਓ, ਬਟ ਅਗਰ ਨਹੀਂ ਅਗਰ ਰੈਂਟ ਮਿਲਿਆ ਪਰ ਜਾਂ ਕੈਸ਼ ਰੈਂਟ ਮਿਲਿਆ ਤੇ ਟਰਾਈ ਟੂ ਸਟਾਰਟ ਡਿਪੋਜ਼ਿਟਿੰਗ ਦ ਰੈਂਟ ਕਿ ਤੁਸੀਂ ਜਸਟੀਫਾਈ ਕਰੋ ਕਿ ਵੀ ਅਸੀਂ ਰੈਂਟ ਆਇਆ ਤੇ ਅਸੀਂ ਜਮ੍ਹਾਂ ਕਰਾਇਆ, ਤੇ ਉਸ ਕੇਸ ਦੇ ਪਿੱਛੇ ਦਾ ਰੈਂਟ ਨਹੀਂ ਆਇਆ। ਵੈਸੇ ਵੀ ਅੱਜ ਕੱਲ੍ਹ ਇੱਕ ਹੋਰ ਦੱਸ ਦਈਏ ਅਸੀਂ ਤੁਹਾਨੂੰ, ਨਿਊਯਾਰਕ ਸਟੇਟ ਨੇ ਲੈਂਡਲੋਰਡ ਨੂੰ ਫਰੀ ਅੱਜ ਕੱਲ੍ਹ ਜਿੰਨਾ ਵੀ ਰੈਂਟ ਨਹੀਂ ਮਿਲਿਆ 15 ਮਹੀਨੇ ਤੱਕ ਦਾ ਰੈਂਟ ਉਹਨੇ ਦੇਣਾ ਸ਼ੁਰੂ ਕਰਤਾ ਹੈ ਲੈਂਡਲੋਰਡ ਨੂੰ। ਟੈਨੈਂਟ ਆਪਣੀ ਐਪਲੀਕੇਸ਼ਨ ਸ਼ੁਰੂ ਕਰੇ, ਇੱਕ ਉਹ ਆਈਡੀ ਨੰਬਰ ਮਿਲੇਗਾ ਤੁਹਾਨੂੰ ਦੇ ਦੇ, ਤੁਸੀਂ ਉਹਦੀ ਐਪਲੀਕੇਸ਼ਨ ਨੂੰ ਕੰਪਲੀਟ ਕਰੋ, ਤੁਹਾਨੂੰ ਅਪ ਟੂ 15 ਮੰਥ ਰੈਂਟ। ਸਾਡੇ ਕਈ ਟੈਨੈਂਟ ਸੀ ਜਿਹੜੇ ਸਾਨੂੰ ਵੀ ਰੈਂਟ ਨਹੀਂ ਦੇ ਰਹੇ ਸੀ ਬਿਕੋਜ਼ ਹਾਰਡਸ਼ਿਪ ਕਰਕੇ, ਉਹਨਾਂ ਨੇ ਅਪਲਾਈ ਕੀਤਾ ਤੇ ਉਹ ਸਾਨੂੰ ਰੈਂਟ ਹੁਣ ਨਿਊਯਾਰਕ ਸਟੇਟ ਤੋਂ ਆਏਗਾ, ਤੇ ਅਗਰ ਕਿਸੇ ਨੂੰ ਵੀ ਇਹ ਦਿੱਕਤ ਆ ਰਹੀ ਹੈ ਤੇ ਡੈਫੀਨੇਟਲੀ ਅਪਲਾਈ ਕਰੋ, ਤੁਹਾਨੂੰ ਰੈਂਟ ਮਿਲ ਜਾਏਗਾ ਅਪ ਟੂ 15 ਮੰਥ ਪਲੱਸ ਯੂਟੀਲਿਟੀ ਦੇ ਵੀ। ਅਗਰ ਕਿਸੇ ਟੈਨੈਂਟ ਦੇ ਕੋਲ ਪ੍ਰੋਬਲਮ ਸੀ ਪੇ ਨਹੀਂ ਕੀਤੀ, ਉਹ ਯੂਟੀਲਿਟੀ ਪੈਸੇ ਟੈਨੈਂਟ ਨੂੰ ਮਿਲ ਜਾਣਗੇ। ਤੋ ਜਸਟ ਵੈਰੀ ਵੈਰੀ ਹੈਲਪਫੁਲ ਹਿੰਟ ਹੈਗਾ ਵੇ, ਤੇ ਅਗਰ ਤੁਹਾਨੂੰ ਨਹੀਂ ਰੈਂਟ ਮਿਲਿਆ ਟ੍ਰਾਈ ਦਿਸ ਪ੍ਰੋਗਰਾਮ, ਇਟਸ ਵੈਰੀ ਗੁੱਡ ਪ੍ਰੋਗਰਾਮ, ਯੂ ਵਿਲ ਗੈਟ ਦ ਮਨੀ ਫਰੋਮ ਨਿਊਯਾਰਕ ਸਟੇਟ। ਬਿਲਕੁਲ ਜੀ, ਸੋ ਤੁਸੀਂ 718-441-7000 ਤੇ ਕਾਲ ਕਰ ਸਕਦੇ ਹੋ, 516-441-7000 ਤੇ ਕਾਲ ਕਰਕੇ ਹਰਮਨ ਸਿੰਘ ਜੀ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ, ਔਰ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਹੈ ਉਹਦਾ ਸੋਲਿਊਸ਼ਨ ਓਮਨੀ ਮੋਰਗੇਜ, ਔਰ ਜੇਕਰ ਤੁਹਾਡਾ ਲੋਨ ਹਜੇ ਤੱਕ ਨਹੀਂ ਹੋਇਆ ਔਰ ਤੁਹਾਨੂੰ ਪਤਾ ਨਹੀਂ ਕਿ ਮੈਂ ਕੀ ਕਰਾਂ, ਤੁਹਾਡਾ ਕ੍ਰੈਡਿਟ ਸਕੋਰ ਘੱਟ ਹੈ, ਤੇ ਕਾਫੀ ਸਾਰੇ ਪ੍ਰੋਗਰਾਮਸ ਇਹਨਾਂ ਦੇ ਕੋਲ ਅਵੇਲੇਬਲ ਨੇ ਜਿੱਥੇ ਤੁਹਾਨੂੰ ਇਹ ਲੋਨ ਦਿਵਾਉਣ ਲਈ ਪੂਰਾ ਹੈਲਪ ਕਰਨਗੇ, ਔਰ ਕਹਿਣਗੇ ਕਿ ਐਲੋ ਘਰ ਦੀ ਚਾਬੀ, ਤੇ ਜਾ ਕੇ ਤੁਸੀਂ ਇਸ ਘਰ ਦੇ ਵਿੱਚ ਰਹੋ ਤੇ ਨਾਲੇ ਆਪਣੇ ਪੂਰੇ ਸੁਪਨਿਆਂ ਨੂੰ ਪੂਰਾ ਕਰੋ। ਹਰਮਨ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ? ਬੇਸਿਕਲੀ ਜੀ, ਮੈਂ ਮੇਰਾ ਇੱਕ ਅਲਟੀਮੇਟਲੀ ਜਦ ਤੋਂ ਮੈਂ ਕੰਮ ਕਰ ਰਿਹਾ, ਮੈਂ ਇੱਕ ਅਵੇਅਰਨੈਸ ਕ੍ਰੀਏਟ ਕਰਨਾ ਚਾਹੁੰਦਾ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜਾ ਅਸੀਂ ਇੱਕ ਮੈਥਡ ਜਿਹੜਾ ਵੀ ਜਸਟ ਪੰਜਾਬੀ ਇਜ਼ ਹੈਲਪਿੰਗ ਅਸ ਅਲੋਟ, ਔਰ ਸਾਨੂੰ ਕਾਫੀ ਕੁਐਸਚਨ ਆਉਂਦੇ ਨੇ, ਅਸੀਂ ਲਿਮਿਟਿਡ ਕੁਐਸਚਨ ਕਵਰ ਕਰਦੇ ਹਾਂ। ਥੈਂਕਸ ਟੂ ਜਸਟ ਪੰਜਾਬੀ, ਥੈਂਕਸ ਟੂ ਅਰਕੀਰ ਜੀ ਤੁਹਾਡਾ ਜੀ, ਕਿ ਕਮਿਊਨਿਟੀ ਨੂੰ ਅਵੇਅਰਨੈਸ ਮਿਲਦੀ ਹੈ, ਕਮਿਊਨਿਟੀ ਦਾ ਇੱਕ ਓਪਨ ਚੈਨਲ ਹੈ ਕਿ ਮੈਨੂੰ ਕਦੇ ਵੀ ਕੁਐਸਚਨ ਭੇਜ ਸਕਦੇ ਨੇ, ਮੇਰਾ ਆਫਿਸ ਵੀ ਕਾਲਸ ਆਉਂਦੀਆਂ ਨੇ, ਐਂਡ ਆਮ ਵੈਰੀ ਪ੍ਰਾਊਡ ਟੂ ਹੈਲਪ ਦਮ ਸੋਲਵ ਦ ਪ੍ਰੋਬਲਮਸ। ਮੇਰਾ ਏਜੰਡਾ ਹੁੰਦਾ ਹੈ ਕਿ ਕਿਸੇ ਤਰੀਕੇ ਪ੍ਰੋਬਲਮ ਸੋਲਵ ਹੋ ਕੇ ਇਹਨਾਂ ਨੂੰ ਆਪਣਾ ਡ੍ਰੀਮ ਹਾਊਸ ਮਿਲ ਜਾਵੇ, ਘਰ ਮਿਲ ਜਾਵੇ। ਹਰ ਆਪਣੇ ਅਮੈਰੀਕਨ ਜਿਹੜਾ ਅਮੈਰੀਕਾ 'ਚ ਆਇਆ ਉਹਦਾ ਇੱਕ ਨੈਕਸਟ ਡ੍ਰੀਮ ਹੁੰਦਾ, ਇੱਕ ਪਹਿਲਾ ਡ੍ਰੀਮ ਅਮੈਰੀਕਾ ਆਉਣਾ, ਸੈਕਿੰਡ ਡ੍ਰੀਮ ਹੁੰਦਾ ਮੇਰਾ ਆਪਣਾ ਘਰ ਹੋਵੇ। ਬਿਲਕੁਲ, ਤੇ ਉਹਦੇ ਵਿੱਚ ਜਿੰਨੀ ਕਿ ਅਸੀਂ ਕੰਟਰੀਬਿਊਸ਼ਨ ਕਰਦੇ ਹਾਂ, ਅਸੀਂ ਕਰ ਰਹੇ ਹਾਂ, ਵੀ ਟ੍ਰਾਈ ਟੂ ਐਜੂਕੇਟ ਦ ਪੀਪਲ ਕਿ ਹਾਊ ਟੂ ਗੈਟ ਦ ਲੋਨ ਡਨ। ਅਗਰ ਦਿੱਕਤ ਆ ਰਹੀ ਹੈ ਸਾਨੂੰ ਕਾਲ ਕਰੋ, ਸਾਡੇ ਆਫਿਸ ਮੈਸੇਜ ਛੱਡੋ, ਤੁਹਾਨੂੰ ਕਾਲ ਕਰਕੇ ਵੀ ਵਿਲ ਟੈਲ ਯੂ ਕਿ ਹਾਊ ਟੂ ਗੈਟ ਦ ਲੋਨ ਡਨ। ਆਮ ਵੈਰੀ ਪ੍ਰਾਊਡ ਐਂਡ ਆਲਸੋ ਹੈਲਪਿੰਗ ਦ ਕਮਿਊਨਿਟੀ, ਐਂਡ ਕਮਿਊਨਿਟੀ ਸਾਨੂੰ ਸਪੋਰਟ ਕਰਦੀ ਹੈ, ਇਜ਼ ਟੂ ਵੇ ਬੈਕ ਐਂਡ ਫੋਰਥ ਹੈਗੀ, ਸਟਰੀਟ ਹੈਗੀ ਹੈ, ਰਾਈਟ? ਸੋ ਵੀ ਆਰ ਵੈਰੀ ਪ੍ਰਾਊਡ, ਐਂਡ ਨਾਓ ਵੀ ਨਿਊ ਮੈਥਡ ਆਫ ਜਸਟ ਪੰਜਾਬੀ, ਵੀ ਆਰ ਐਕਸਟ੍ਰੀਮਲੀ ਪ੍ਰਾਊਡ ਕਿ ਸਾਡਾ ਮੈਸੇਜ ਪਹੁੰਚ ਰਿਹਾ ਕਾਫੀ ਕਮਿਊਨਿਟੀ ਮੈਂਬਰਸ ਨੂੰ। ਬਿਲਕੁਲ, ਸੋ ਜਿਵੇਂ ਮੈਂ ਦੱਸਿਆ ਕਿ ਤੁਸੀਂ ਹਰਮਨ ਜੀ ਨਾਲ ਰਾਬਤਾ ਕਰ ਸਕਦੇ ਹੋ ਔਰ ਆਪਣੇ ਵੀ ਇਸ ਅਮੈਰੀਕਨ ਡ੍ਰੀਮ ਨੂੰ ਪੂਰਾ ਕਰ ਸਕਦੇ ਹੋ ਵਿਦ ਓਮਨੀ ਮੋਰਗੇਜ। ਥੈਂਕ ਯੂ ਹਰਮਨ ਜੀ ਜੁਆਇਨਿੰਗ ਅਸ ਟੁਨਾਈਟ, ਐਂਡ ਵੀ ਵਿਲ ਮੀਟ ਨੈਕਸਟ ਵੀਕ ਐਂਡ ਵਿਲ ਟੇਕ ਨਿਊ ਅਪਡੇਟਸ ਐਂਡ ਵਿਲ ਆਲਵੇਜ਼ ਟੈਲ ਆਰ ਵਿਊਅਰਸ ਵਟਸ ਹੈਪਨਿੰਗ ਇਨ ਮੋਰਗੇਜ ਐਂਡ ਰੀਅਲ ਇਸਟੇਟ ਇੰਡਸਟਰੀ। ਥੈਂਕ ਯੂ ਸੋ ਮਚ ਹਰਮਨ ਸਿੰਘ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਐਸੀ ਕਿ ਹਰਮਨ ਸਿੰਘ ਜੀ ਇਹਨਾਂ ਤੋਂ ਮਿਲਾਂਗੇ ਹੁਣ ਨੈਕਸਟ ਵੀਕ ਓਮਨੀ ਮੋਰਗੇਜ ਬੁਲੇਟਿਨ ਦੇ ਤਹਿਤ, ਔਰ ਜਾਣਾਂਗੇ ਨਵੀਂ ਅਪਡੇਟਸ ਤੇ ਸਰਗਰਮੀਆਂ ਵੈਨ ਇਟ ਕਮਸ ਟੂ ਮੋਰਗੇਜ ਐਂਡ ਰੀਅਲ ਇਸਟੇਟ ਬਿਜ਼ਨਸ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ। ਖੁਸ਼ ਰਹੋ, ਆਪਣੇ ਆਪ ਨੂੰ ਖੁਸ਼ ਰੱਖੋ, ਘਰਦਿਆਂ ਨੂੰ ਖੁਸ਼ ਰੱਖੋ, ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ। ਧੰਨਵਾਦ, ਸਤਿ ਸ਼੍ਰੀ ਅਕਾਲ।